ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ। ਬਹੁਤ ਅੱਛੇ, ਇੱਕ ਵਾਰੀ ਹੋਰ ਯਤਨ ਕਰੀਏ ਤਾਂ ਕਿ ਅਸੀਂ ਇਸ ਪਾਵਨ ਬਾਣੀ ਦਾ ਪਾਠ ਆਪਣੀ ਸੁਰਤ 'ਚ ਜਮਾ ਸਕੀਏ। ਸੋ ਇੱਕ ਵਾਰੀ ਫਿਰ ਕਹਿਣਾ ਜੀ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ। ਗੁਰੂ ਮਹਾਰਾਜ ਦਾ ਸ਼ੁਕਰ। ਜਿਵੇਂ ਵਿਚਾਰਦਿਆਂ ਹੋਇਆਂ ਅਸੀਂ ਗਲਬਨ ਕੋਈ ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ ਇੱਥੋਂ ਤੱਕ ਪਹੁੰਚੇ ਸੀ। ਸਿਰਫ ਰੀਕੈਪ ਕਰਦਿਆਂ ਹੋਇਆਂ ਜੋ ਬਾਤ ਹੋਈ ਸੀ, ਇੱਕ ਬੜਾ ਉਮਦਾ ਸੀ ਅੰਗਰੇਜ਼ੀ ਲਿਟਰੇਚਰ 'ਚ ਜੇ ਕਹੀਏ ਤਾਂ ਮੈਟਾਫੋਰ ਸੀਗਾ, ਆਪਣੀ ਭਾਸ਼ਾ 'ਚ ਕਹੀਏ ਤਾਂ ਇੱਕ ਰੂਪਕ ਸੀਗਾ। ਬਾਬਾ ਜੀ ਨੇ ਮਿਸਾਲੀ ਰੂਪ ਵਿੱਚ ਗੱਲ ਕੀਤੀ। ਸਾਡੀ ਭਾਸ਼ਾ ਦੇ ਵਿੱਚ ਗੱਲਾਂ ਨੂੰ ਅਸੀਂ ਇਗਜ਼ਾਮਪਲ ਕਰਕੇ, ਮਤਲਬ ਈਡੀਅਮਸ ਦੇ ਨਾਲ ਕਰਦੇ ਹਾਂ। ਜਦੋਂ ਅਸੀਂ ਕੈਨੇਡਾ 'ਚ ਰਹਿ ਰਹੇ ਹਾਂ, ਸਾਡੇ ਬੱਚਿਆਂ 'ਚ ਮੈਂ ਵੱਡੇ ਪੱਧਰ 'ਤੇ ਦੇਖਿਆ ਆ ਕਿ ਜਿਹੜੀ ਲੈਂਗੁਏਜ ਦੇ ਉੱਤੇ ਕਮਾਂਡ ਆ ਉਹਨਾਂ ਦੀ, ਉਹ ਕਈ ਵਾਰੀ ਉਸ ਤਰੀਕੇ ਦੀ ਨਹੀਂ ਹੁੰਦੀ। ਉਹਦੇ 'ਚ ਜਿਹੜੀ ਲੈਂਗੁਏਜ ਪ੍ਰੋਫੀਸ਼ੈਂਸੀ ਹੈਗੀ ਹੈ ਉਹਨਾਂ ਦੀ, ਕਿਉਂਕਿ ਕਾਰਨ ਇਹ ਹੈ ਮੰਨਿਆ ਜਾਂਦਾ ਮੈਂਟਲ ਹੈਲਥ 'ਚ, ਅਤੇ ਬੜੀ ਡਿਟੇਲ 'ਚ ਗੱਲ ਕੇ ਕਰਦੇ ਨੇ ਲੋਕ ਕਿ ਜਿਹੜੀ ਭਾਸ਼ਾ ਤੁਸੀਂ ਫਰੀਕੁਐਂਟਲੀ ਬੋਲਦੇ ਹੋ, ਜੇ ਤੁਹਾਡਾ ਬੱਚਾ ਵੀ ਉਹੀ ਭਾਸ਼ਾ ਫਰੀਕੁਐਂਟਲੀ ਬੋਲਦਾ ਆ ਤਾਂ ਤੁਹਾਡੀ ਰਿਲੇਸ਼ਨਸ਼ਿਪ ਬਿਲਕੁਲ ਠੀਕ ਹੋਏਗੀ। ਜੇ ਤੁਸੀਂ ਕੋਈ ਹੋਰ ਭਾਸ਼ਾ ਫਰੀਕੁਐਂਟਲੀ ਬੋਲਦੇ ਹੋ ਅਤੇ ਤੁਹਾਡਾ ਬੱਚਾ ਉਸ ਭਾਸ਼ਾ 'ਚ ਉਨਾ ਫਲੂਐਂਟ ਨਹੀਂ ਹੈਗਾ ਤਾਂ ਤੁਹਾਡੀ ਜਜ਼ਬਾਤਾਂ ਦੀ ਸਾਂਝ ਨਹੀਂ ਹੋਏਗੀ। ਸੋ ਇਸ ਕਰਕੇ ਜਿਹੜੀ ਭਾਸ਼ਾ ਆਈਦਰ, ਜੇ ਬੱਚੇ ਸਪੋਜ਼ ਕਰੋ ਜਿਹੜੀ ਸਾਡੀ ਕਹਿ ਲਓ ਐਥਨਿਕ ਲੈਂਗੁਏਜ ਆ, ਉਹਦੇ 'ਚ ਉਹਨਾਂ ਦੀ ਉਤਨੀ ਕਮਾਂਡ ਨਹੀਂ ਹੈ, ਅਤੇ ਫਿਰ ਅੰਗਰੇਜ਼ੀ 'ਚ ਆਪਣੀ ਵਧਾ ਲਓ ਤਾਂ ਕਿ ਐਟਲੀਸਟ ਜਿਹੜੇ ਉਹਨਾਂ ਦੇ ਜਜ਼ਬਾਤ ਨੇ, ਜਿਹੜੇ ਉਹਨਾਂ ਦੀ ਅੰਦਰ ਚੱਲਦੇ ਵਲਵਲੇ ਨੇ, ਉਹਨਾਂ ਨੂੰ ਤੁਸੀਂ ਉਸ ਪੱਧਰ 'ਤੇ ਗੱਲ ਕਰ ਸਕੋ, ਜਾਂ ਫਿਰ ਉਹਨਾਂ ਵਾਸਤੇ ਐਫਰਟ ਪਾਓ ਕਿ ਉਸ ਭਾਸ਼ਾ ਦੇ 'ਚ, ਉਸ ਲੈਂਗੁਏਜ 'ਚ ਉਹਨੇ ਉਸ ਲੈਵਲ ਦੀ ਪ੍ਰੋਫੀਸ਼ੀਐਂਸੀ ਉਹਨਾਂ 'ਚ ਆ ਜਾਏ। ਇਸ ਰੂਪ ਵਿੱਚ ਹੁੰਦੀ ਬਾਤ। ਦੂਸਰਾ, ਕਿਉਂਕਿ ਇੱਕ ਓਪਰਾ ਜਿਹਾ ਰਿਸ਼ਤਾ ਸਾਡਾ ਭਾਸ਼ਾ ਨਾਲ ਰਹਿੰਦਾ ਇੱਥੇ, ਜਿਵੇਂ ਸਪੋਜ਼ ਜੇ ਬੱਚੇ ਇਕੱਲੀ ਟੈਕਸਟ ਬੁੱਕ ਹੀ ਪੜ੍ਹ ਰਹੇ ਨੇ ਸਕੂਲ ਦੀ, ਅਤੇ ਥੋੜ੍ਹਾ ਬਹੁਤਾ ਟੀ ਵੀ ਵਾਚ ਕਰਦੇ ਨੇ, ਇਹ ਸਭ ਚੀਜ਼ਾਂ ਕਰਦੇ ਨੇ, ਨੋ ਡਾਊਟ ਸਾਨੂੰ ਲੱਗਦਾ ਵੀ ਇਹ ਅੰਗਰੇਜ਼ੀ ਬੋਲਦੇ ਨੇ, ਅੰਗਰੇਜ਼ੀ ਜਾਣਦੇ ਨੇ ਇਸ ਤਰੀਕੇ ਨਾਲ, ਪਰ ਮਾਫ਼ੀ ਮੰਗਾਂਗਾ, ਉਹਨਾਂ ਦੀ ਭਾਸ਼ਾ ਨਾਲ ਰਿਲੇਸ਼ਨਸ਼ਿਪ ਇੰਨੇ ਨਾਲ ਨਹੀਂ ਬਣਨੀ। ਭਾਸ਼ਾ ਇਸ ਤੋਂ ਬਹੁਤ ਗਹਿਰੀ ਹੁੰਦੀ ਹੈ। ਭਾਸ਼ਾ ਉਦੋਂ ਸਮਝ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਉਸ ਭਾਸ਼ਾ 'ਚ ਪਏ ਹੋਏ ਮੁਹਾਵਰੇ ਸਮਝਦੇ ਹੋ। ਜਿਵੇਂ ਸਾਡੇ ਆਮ ਕਰਕੇ ਮਾਈਆਂ, ਤੁਸੀਂ ਦੇਖਿਆ ਹੋਣਾ ਬਜ਼ੁਰਗ ਜਦੋਂ ਗੱਲ ਕਰਦੇ ਤਾਂ ਉਹ ਮਤਲਬ ਚਾਰ ਗੱਲਾਂ ਦੀ ਇੱਕ ਹੀ ਗੱਲ ਕਰ ਜਾਂਦੇ,
ਜਸਟ ਇੱਕ ਈਡੀਅਮ ਕਹਿ ਕੇ, ਮੁਹਾਵਰਾ ਕਹਿ ਕੇ, ਅਤੇ ਜਦੋਂ ਆਪਾਂ ਨੂੰ ਉਸ ਈਡੀਅਮ ਦੀ ਸਮਝ ਨਹੀਂ ਗਈ, ਸਾਨੂੰ ਗੱਲ ਦੀ ਫਿਰ ਗ੍ਰਿਪ ਨਹੀਂ ਹੁੰਦੀ ਉਸ ਰੂਪ ਦੇ ਅੰਦਰ। ਈਵਨ ਜਿਵੇਂ ਹੋਰ ਵੀ ਦੇਖਿਆ ਜਾਏ, ਜਿਹੜਾ ਕਮਿਊਨੀਕੇਸ਼ਨ ਦਾ ਲੈਵਲ ਆ ਨਾ, ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ। ਮੈਨੂੰ ਯਾਦ ਆ, ਮੈਂ ਛੋਟੀ ਜਿਹੀ ਮਿਸਾਲੀ ਤੌਰ 'ਤੇ ਬਾਤ ਕਰਦਾ, ਕਿ ਮੈਟਾਫੋਰ ਦੇ ਲੈਵਲ 'ਤੇ ਗੁਰੂ ਬਾਬਾ ਜੀ ਨੇ ਬਾਤ ਕਰਕੇ ਸਾਨੂੰ ਮਿਸਾਲੀ ਇਗਜ਼ਾਮਪਲ ਕੀਤੀ ਇੱਥੇ। ਜਿਹੜੀ ਬੇਨਤੀ ਕਰਨ ਲੱਗਾ ਵਾਂ ਉਹਦੇ 'ਚ ਇਹ ਕਿ ਇੱਥੇ ਸਾਡੇ ਇੱਕ ਰੇਡੀਓ ਹੋਸਟ ਨੇ ਨਵਾਂ ਨਵਾਂ ਕੋਈ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ। ਸਮਹਾਓ ਮੈਂ ਜ਼ਿਆਦਾਤਰ ਸੁਣਦਾ ਨਹੀਂ ਗਾ, ਮੇਨ ਸਟ੍ਰੀਮ ਦੇ ਬਹੁਤ ਕਮਾਲ ਦੇ ਪ੍ਰੋਗਰਾਮ ਆਉਂਦੇ ਨੇ CBC ਰੇਡੀਓ ਅਤੇ ਹੋਰ ਜਗ੍ਹਾ 'ਤੇ, ਉਹ ਜ਼ਿਆਦਾ ਪ੍ਰੈਫਰੈਂਸ ਹੁੰਦੀ ਮੇਰੀ ਸੁਣਨ ਦੀ। ਅਤੇ ਸਮਹਾਓ ਕੀ ਹੋਇਆ ਕਿ ਉਹਦੇ ਨੂੰ ਲੱਗਾ ਆ, ਅਤੇ ਜਾਂ ਫਿਰ ਜਿਹੋ ਜਿਹੇ ਮਾਹੌਲ 'ਚ ਅਸੀਂ ਲੰਘ ਰਹੇ, ਸਾਨੂੰ 6:30 ਨਹੀਂ ਛੱਡਦਾ, ਤੁਹਾਨੂੰ ਪਤਾ ਹੀ ਹੈ ਟ੍ਰੈਫਿਕ ਦੀ ਜਾਣਕਾਰੀ ਵਾਸਤੇ ਉਹੀ ਸੁਣਦੇ ਆ, ਟਾਈਮ ਲੰਘ ਜਾਂਦਾ ਸਾਰਾ ਵੀ ਕਦੋਂ ਕਿਹੜੀ ਰੋਡ 'ਤੇ ਜਾ ਕੇ ਫਸ ਜਾਣਾ, ਲਗਾਤਾਰ ਸੁਣਦੇ ਰਹੀਏ। ਖੈਰ ਉਹ ਪ੍ਰੋਗਰਾਮ ਨਵਾਂ ਨਵਾਂ ਲਗਾਇਆ ਉਸਨੇ, ਅਤੇ ਉਹ ਕਿਸੇ ਨੇ ਕਾਲ ਕੀਤੀ, ਅਕਸਰ ਉਸ ਸ਼ਖਸ ਕਾਲ ਕਰਦਾ ਹੁੰਦਾ, ਅਤੇ ਉਹ ਕਹਿੰਦਾ ਜੀ ਗੁਰਬਾਣੀ ਜਿਹੜੀ ਹੈ ਨਾ ਇਹ ਹੈਗੀ ਹੈ ਪੋਸਟ ਮੈਡੀਵਲ ਪੀਰੀਅਡ ਦੀ, ਮਤਲਬ ਕਹਿ ਲਓ ਕਿ ਮੱਧਕਾਲੀ ਸਮੇਂ ਦੇ ਗੁਜ਼ਰਨ ਦੇ ਸਮੇਂ ਦੀ ਹੈ, ਅਤੇ ਇਹਦੇ ਜੋ ਕੁਛ ਲਿਖਿਆ ਆ ਉਹ ਹੁਣ ਤਾਂ ਅਪਲਾਈ ਨਹੀਂ ਹੋ ਸਕਦਾ, ਉਹ ਸਿੱਧੇ ਕਹਿ ਰਿਹਾ। ਉਹ ਕਹਿੰਦਾ ਮੈਂ ਤੁਹਾਨੂੰ ਨਾ ਮਿਸਾਲ ਦਿੰਦਾ, ਮਿਸਾਲ ਕੀ ਦਿੱਤੀ ਉਸਨੇ, ਕਹਿੰਦਾ ਦੇਖੋ ਜੀ ਬਾਣੀ 'ਚ ਲਿਖਿਆ ਹੈ ਵੀ ਮਤਲਬ ਉੱਠ ਫਰੀਦਾ ਉਜੂ ਸਾਧ ਸੁਬਾਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਕੱਪ ਉਤਾਰਨਾ ਹੁੰਦਾ ਵੀ ਇੱਕੋ ਝਟਕੇ 'ਚ ਇਸ ਤਰੀਕੇ ਨਾਲ ਲਾ ਦੇਣਾ। ਕਹਿੰਦਾ ਦੇਖੋ ਜੀ ਸਿੱਧਾ ਲਿਖਿਆ ਵੀ ਕੱਪ ਉਤਾਰ ਵੀ ਸਿਰ ਵੱਢ ਦਿਓ, ਜਿਹੜਾ ਸਿਰ ਰੱਬ ਦੇ ਸਾਹਮਣੇ ਝੁਕਦਾ ਨਹੀਂ ਸਿੱਜਦਾ ਨਹੀਂ ਕਰਦਾ, ਸਿਰ ਵੱਢ ਦਿਓ, ਇਹ ਗੱਲ ਲਿਖੀਏ। ਉਹ ਹੋਸਟ ਵੀ ਕਹਿੰਦਾ ਅੱਛਾ, ਕਹਿੰਦਾ ਹਾਂ ਬਿਲਕੁਲ, ਕਹਿੰਦਾ ਇਹ ਤਾਂ ਨਹੀਂ ਅਪਲਾਈ ਹੋ ਸਕਦੀ, ਕਹਿੰਦਾ ਲੈ, ਕਹਿੰਦਾ ਅਪਲਾਈ ਹੋ ਸਕਦੀ, ਸੋਚਿਆ ਵੀ ਨਹੀਂ ਜਾ ਸਕਦਾ। ਸੋ ਇਸ ਤਰੀਕੇ ਨਾਲ ਦੋਵੇਂ ਠੱਠਾ ਕਰ ਰਹੇ ਸਮਹਾਓ। ਹਾਲਾਂਕਿ ਮੈਨੂੰ ਵੀ ਹੱਸਣਾ ਚਾਹੀਦਾ ਸੀ, ਇਸ ਕਰਕੇ ਹੱਸਣਾ ਚਾਹੀਦਾ ਸੀਗਾ ਵੀ ਬੰਦੇ ਦੀ ਸੋਚ ਦਾ ਲੈਵਲ ਦੇਖੋ ਕਿ ਉਹ ਮਾਂ ਬੋਲੀ ਦੀ ਸੇਵਾ ਕਰ ਰਿਹਾ, ਅਤੇ ਉਹ ਇਸ ਤਰੀਕੇ ਨਾਲ ਸਮਹਾਓ ਹੁੰਦਾ ਕਿ ਤੁਸੀਂ ਮਤਲਬ ਤੁਸੀਂ ਨਹੀਂ ਵੀ ਚਾਹੁੰਦੇ, ਮੈਂ ਵੀ ਤਾਂ ਵੀ ਨਾ ਉਹਨੂੰ ਮੈਂ ਕਾਲ ਕਰਤੀ, ਮੈਂ ਕਿਹਾ ਵੀ ਹੁਣ ਐਟਲੀਸਟ ਹੱਦ ਪਾਰ ਕਰਤੀ, ਅਦਰਵਾਈਜ਼ ਮਾਫ਼ੀ ਮੰਗਾਂਗਾ ਤੁਹਾਡੀ ਅਸੀਸ ਨਾਲ। ਪੀਪਲ ਲਵ ਮੀ, ਪੀਪਲ ਐਕਚੁਲੀ ਰੀਅਲੀ ਵਾਂਟ ਮੀ ਔਨ ਏਅਰ, ਮੋਸਟ ਆਫ ਦਾ ਪੀਪਲ ਦੇ ਰੀਅਲੀ ਐਕਚੁਲੀ ਉਹ ਚਾਹੁੰਦੇ ਹੁੰਦੇ, ਅਤੇ ਸਾਡੇ ਕੋਲ ਹੀ ਟਾਈਮ ਨਹੀਂ ਹੁੰਦਾ। ਅਤੇ ਮੈਂ ਖੁਦ ਹੀ ਕਾਲ ਕੀਤੀ, ਮੈਂ ਹਾਲੇ ਤੂੰ ਇਸ ਚੀਜ਼ ਦੀ ਐਡਵਾਂਟੇਜ ਲੈ, ਮੈਂ ਕਾਲ ਕਰਦਾ ਤੈਨੂੰ ਖੁਦ। ਉਹ ਜਿੰਨੇ ਨੂੰ ਮੈਂ ਇਹਦੀ ਕਾਲ ਉਹਨੇ ਚੱਕੀ, ਉਹਨੇ ਨੂੰ ਉਹਦਾ ਪ੍ਰੋਗਰਾਮ ਖਤਮ ਹੋ ਗਿਆ, ਤੂੰ ਪਰਸਨਲ ਨੰਬਰ 'ਤੇ ਉਹਦੀ ਕਾਲ ਚਲੀ ਗਈ, ਅਤੇ ਉਹ ਕਹਿੰਦਾ ਪ੍ਰੋਗਰਾਮ ਡਨ ਹੋ ਗਿਆ। ਹਾਂਜੀ, ਉਹ ਮੈਂ ਕਿਹਾ ਤੂੰ ਉਹ ਸ਼ਖਸ ਉਹ ਕਹਿ ਰਿਹਾ ਸੀਗਾ, ਅਤੇ ਤੂੰ ਬਾਤ ਸੁਣ ਲਈ, ਬੀਇੰਗ ਏ ਹੋਸਟ ਜੇ ਤੈਨੂੰ ਜਾਣਕਾਰੀ ਨਹੀਂ ਕਿਸੇ ਸਬਜੈਕਟ ਬਾਰੇ ਤਾਂ ਉਹਦੇ ਬਾਰੇ ਤੈਨੂੰ ਬੋਲਣਾ ਨਹੀਂ ਚਾਹੀਦਾ, ਪਹਿਲਾਂ ਉਹਦੇ ਬਾਰੇ ਜਾਣਕਾਰੀ ਲੈ, ਅਤੇ ਜੇ ਉਹਦੇ ਬਾਰੇ ਬੋਲਿਆ ਤਾਂ ਤੈਨੂੰ ਜਾਣਕਾਰੀ ਨਹੀਂ ਤਾਂ ਕਿਸੇ ਐਕਸਪਰਟ ਨੂੰ ਬੁਲਾ ਕੇ ਉਹਦੇ ਬਾਬਤ ਪ੍ਰੋਪਰ ਗੱਲ ਕਰ, ਇਹ ਤਾਂ ਇੱਥੋਂ ਦਾ ਲੀਗਲ ਕ੍ਰਾਈਟੀਰੀਆ ਨਾ, ਇਹਨੂੰ ਤਾਂ ਫੋਲੋ ਕਰਨਾ ਚਾਹੀਦਾ। ਕਹਿੰਦਾ ਨਹੀਂ ਜੀ, ਉਹਨੇ ਕਿਹਾ ਤਾਂ ਲਿਖ ਦੱਸਿਆ, ਔਨ ਏਅਰ ਦੱਸਿਆ ਜੀ ਉਹਨੇ ਐਵੇਂ ਕਰਕੇ। ਮੈਂ ਕਿਹਾ ਓਕੇ ਠੀਕ ਹੈ, ਮੈਂ ਕਿਹਾ ਹੁਣ ਮੇਰੇ ਨਾਲ ਦੋ ਪਲ ਰਹੀ, ਮੈਂ ਹੁਣ ਤੂੰ ਘਰ ਚੱਲਾਂ। ਕਹਿੰਦਾ ਕਿ ਹਾਂ ਬੱਚੇ ਹੈਗੇ ਨੇ, ਉਹ ਪੁੱਛਿਆ ਇਸੇ ਏਜ ਦੇ, ਮੈਂ ਠੀਕ ਹੈ। ਮੈਂ ਤੂੰ ਘਰ ਜਾਏ ਅਤੇ ਤੇਰਾ ਬੱਚਾ ਤੈਨੂੰ ਆ ਕੇ ਇਹ ਕਹੇ ਵੀ ਮੋਮ ਵਟ ਯੂ ਹੈਵ ਟੂ ਈਟ, ਯੂ ਨੋ ਆਈ ਐਮ ਸਟਾਰਵਿੰਗ, ਆਈ ਐਮ ਡਾਇੰਗ, ਆਈ ਐਮ ਗੋਨਾ ਡਾਈ, ਗਿਵ ਮੀ ਫੂਡ। ਜਦੋਂ ਬੱਚਾ ਇਹ ਕਹਿੰਦਾ ਵੀ ਆਈ ਐਮ ਡਾਇੰਗ, ਆਈ ਐਮ ਗੋਨਾ ਡਾਈ, ਬਸ ਰਾਈਟ ਵੇ 911 ਕਾਲ ਕਰ ਦੇਣੀ ਤੂੰ। ਉਹ ਕਹਿੰਦਾ ਉਹ ਕਿਉਂ? ਮੈਂ ਕਿਹਾ ਉਹ ਬੱਚਾ ਸੁਸਾਈਡ ਕਰਨ ਲੱਗਾ, ਯੂਨੋ ਉਹਨੂੰ ਜਾਂ ਉਹਨੂੰ ਪ੍ਰੋਬਲਮ ਆ ਗਈ, ਮਰਨ ਲੱਗਾ। ਉਹ ਕਹਿੰਦਾ ਨਹੀਂ ਨਹੀਂ ਐਵੇਂ ਥੋੜ੍ਹਾ, ਇੰਨੀ ਦੇ ਇੰਨਾ ਪਾਗਲਪਨ ਥੋੜ੍ਹਾ ਇਹਨਾਂ ਦੇ ਮੈਨੂੰ ਵੀ ਸਮਝ ਹੈਗੀ ਹੈ। ਮੈਂ ਕਿਹਾ ਤੈਨੂੰ ਹੈ ਸਮਝ ਇਸ ਗੱਲ ਦੀ? ਹੀ ਇਜ਼ ਯੂਜ਼ਿੰਗ ਦ ਸੇਮ ਵਰਡ, ਸ਼ੀ ਇਜ਼ ਯੂਜ਼ਿੰਗ ਸੇਮ ਵਰਡ, ਆਈ ਐਮ ਡਾਇੰਗ। ਸੋ ਇਹਦਾ ਮਤਲਬ ਕੀ ਹੈ? ਜਾਂ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੋਏ ਤਾਂ ਕੋਈ ਕਹਿੰਦਾ ਉਹ ਕਿ ਆਹ ਨਵਾਂ ਫੋਨ ਆਇਆ, ਡੂ ਯੂ ਵਾਂਟ ਇਟ? ਓ ਆਈ ਵਾਂਟ ਇਟ ਯੈਸਟਰਡੇ। ਅੱਛਾ ਯੈਸਟਰਡੇ, ਤੈਨੂੰ ਭਾਸ਼ਾ ਦਾ ਪਤਾ ਨਹੀਂ ਗਾ, ਯੂ ਸ਼ੁੱਡ ਸੇ ਟੁਮਾਰੋ ਔਰ ਟੂਡੇ, ਯੈਸਟਰਡੇ ਇਜ਼ ਆਲਰੇਡੀ ਲੈਫਟ। ਉਹ ਭਲਿਆ ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਤੈਨੂੰ ਆਹ ਚਾਹੀਦੀ ਚਾਹੀਦੀ ਹੈ, ਉਹ ਕਹਿੰਦਾ ਜੀ ਹੁਣ ਤੋਂ ਪਹਿਲਾਂ।
ਵੀ ਹੁਣ ਤੋਂ ਪਹਿਲਾਂ ਕਦੋਂ ਆਏਗਾ? ਹੁਣ ਤਾਂ ਹੈ, ਪਹਿਲਾਂ ਹੁਣ ਤੋਂ ਪਹਿਲਾਂ ਕਿਵੇਂ ਹੋ ਸਕਦਾ? ਮੀਨ ਵਟ ਇਜ਼ ਦਿਸ? ਦੀਜ਼ ਆਰ ਦ ਮੈਟਾਫੋਰਸ, ਇਹ ਮੁਹਾਵਰੇ ਨੇ। ਉਹ ਮੈਂ ਕਿਹਾ ਭਲਿਆ ਇਹ ਚੀਜ਼ ਭਾਸ਼ਾ ਦੇ ਪਰਿਪੇਖ 'ਚ ਐਵੇਂ ਕਹੀ ਗਈ ਹੈ ਅਤੇ ਤੂੰ ਉਹਨੂੰ ਲਿਟਰਲੀ ਤੌਰ 'ਤੇ ਲੈ ਕੇ ਇਹਦੇ ਉੱਤੇ ਤੈਨੂੰ ਉਸ ਬੰਦੇ ਨੂੰ ਹੋਰ ਕਾਊਂਟਰ ਕਰਨਾ ਚਾਹੀਦਾ ਸੀਗਾ। ਖੈਰ ਉਹਨੂੰ ਮੈਨੂੰ ਇਹ ਤਾਂ ਅਹਿਸਾਸ ਹੋ ਗਿਆ, ਗੱਲ ਉਹਨੂੰ ਕੁਝ ਪਕੜ 'ਚ ਆ ਰਹੀ ਹੈ ਹੁਣ। ਪਰ ਮੁਸ਼ਕਲ ਕੀ ਹੈ ਕਿ ਅਸੀਂ ਇਸ ਤਰੀਕੇ ਨਾਲ ਕਈ ਵਾਰੀ ਚੀਜ਼ਾਂ ਨੂੰ ਪਕੜ ਲੈਂਦੇ ਹਾਂ। ਜਾਂ ਇੱਕ ਹੋਰ ਸੱਜਣ ਸੀਗੇ ਕਰੀ, ਉਹ ਮੈਨੂੰ ਕਹਿੰਦੇ ਕਹਿੰਦੇ ਜੋ ਬਾਣੀ 'ਚ ਲਿਖਿਆ ਜਾਂ ਵੱਡਿਆਂ ਨੇ ਲਿਖਿਆ ਉਹ ਬੜੇ ਕਮਾਲ ਦਾ। ਆਪਨੇ ਦੇਖਿਆ ਹੋਏ, ਅੱਜ ਅਸੀਂ ਚਲੋ ਇਹਦੇ 'ਚ ਨਹਾਉਣ ਦੀ ਗੱਲ ਹੀ ਹੋਣੀ ਹੈ, ਹੱਥ ਪੈਰ ਧੋਣ ਦੀ ਗੱਲ, ਸੁੱਚੇ ਹੋਣ ਦੀ ਗੱਲ ਹੈ। ਅੱਛਾ, ਬਾਬਾ ਜੀ ਦੇ ਪਾਵਨ ਸ਼ਬਦਾਂ ਨੂੰ ਪੜ੍ਹਦੇ ਹਾਂ ਅਸੀਂ। ਕਈ ਵਾਰੀ ਮਹਾਰਾਜ ਕਹਿੰਦੇ ਕਿ ਜਿਹੜਾ ਆ ਤੀਰਥਾਂ 'ਤੇ ਨਹਾਉਣਾ ਇਹ ਚੇਤੇ ਰੱਖੀ, ਇਹਦੇ 'ਚੋਂ ਕਿਸੇ ਦਾ ਜਿਹੜਾ ਆ ਕੋਈ ਪ੍ਰਾਪਤੀ ਨਹੀਂ ਗੀ ਇਹਦੇ ਅੰਦਰ। ਹਾਂ, ਜੇ ਤੂੰ ਤੀਰਥ 'ਤੇ ਨਹਾ ਕੇ ਕੋਈ ਪ੍ਰਾਪਤ ਕਰਨਾ ਆ ਤਾਂ ਉਹਦੇ 'ਚ ਤੈਨੂੰ ਸਮਝੋ ਵੀ ਉਹ ਨਾਮ ਦੇ ਸਰੂਪ ਵਿੱਚੋਂ ਮਿਲੇਗਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਬਾਤ ਕੀਤੀ। ਇੱਕ ਪੰਕਤੀ ਆਉਂਦੀ ਹੈ, ਹਾਲਾਂਕਿ ਉਹ ਸਿੱਧ ਗੋਸ਼ ਦੇ ਵਿੱਚ ਆ, ਯੋਗੀਆਂ ਦੇ ਨਾਲ ਡਿਬੇਟ ਕਰਦਿਆਂ ਹੋਇਆਂ ਤੀਰਥ ਨਹਾਈਐ ਸੁੱਖ ਫਲ ਪਾਈਐ ਮੈਲਾ ਲੱਗ ਗਿਆ ਕਈ ਵਾਰ, ਜਿਹੜੀ ਸਤਰ ਹੈਗੀ ਉਸ ਰੂਪ ਦੇ। ਅੱਛਾ, ਇੰਡੀਆ ਦੇ ਵਿੱਚ ਕਈ ਵਾਰ ਜਿਹੜੇ ਕਿਤੇ ਕੋਈ ਇਸ ਤਰੀਕੇ ਦੀ ਯਾਤਰਾ ਵਗੈਰਾ 'ਤੇ ਜਾ ਰਹੇ, ਉਹ ਇਕੱਲੀ ਪੰਕਤੀ ਲਿਖ ਕੇ ਅੱਗੇ ਲਾ ਲੈਂਦੇ ਉਸ ਤਰੀਕੇ ਨਾਲ। ਅੱਛਾ ਭਾਈ, ਅਗਲਾ ਸ਼ਬਦ ਵੀ ਪੜ੍ਹ ਲਓ, ਪੂਰਾ ਉਪਦੇਸ਼ ਕੀ ਹੈ, ਉਨੀ ਕੁ ਪੰਕਤੀ 'ਤੇ ਡਿਬੇਟ ਇਹ ਕਰਨਗੇ। ਲੈ, ਬਾਬਾ ਜੀ ਨੇ ਲਿਖੀ ਹੈ, ਵਧੀਆ ਤਰੀਕੇ ਲਿਖੀ ਹੋਣੀ ਹੈ, ਵੀ ਬਾਬਾ ਜੀ ਨੇ ਲਿਖੀ ਹੈ, ਪੂਰੀ ਲਿਖੋ, ਪੂਰੀ ਪੜ੍ਹੋ ਉਸਨੂੰ, ਉਸਨੂੰ ਪੂਰਾ ਜਾਣੋ ਤਾਂ ਬਾਤ ਬਣੇਗੀ। ਸੋ ਮੈਟਾਫੋਰਿਕ ਵੇ ਨਾਲ ਕਈ ਵਾਰੀ ਕਿਹਾ ਜਾਂਦਾ, ਹਾਂਜੀ ਬਾਬਾ ਜੀ ਨੇ ਕਿਹਾ ਆ, ਭਰੀ ਆ ਹੱਥ ਪੈਰ ਤੰਦੇ ਪਾਣੀ ਧੋਤਾ ਉੱਤਰ ਸਕੇ, ਹਾਂ ਬਸ ਇੰਨੀ ਕੁ। ਭਾਈ ਅਗਲੀ ਵੀ ਪੜ੍ਹੋ ਸਾਰੀ। ਇਹਦਾ ਮਾਇਨਾ ਇੱਕ ਮੈਟਾਫੋਰ ਦੇ ਰੂਪ ਵਿੱਚ ਆ ਰਿਹਾ ਹੈ, ਸਿਰਫ ਇਹਦੇ 'ਚ ਸਿਰਫ ਸਰੀਰ ਦੀ ਮਿੱਟੀ ਲਾਉਣ ਧੋਣ ਦੀ ਗੱਲ ਨਹੀਂ ਕਿ ਇਹਦੇ 'ਚ ਡੀਪ ਲੈਵਲ 'ਤੇ ਇੱਕ ਰੂਪਕ ਆ, ਉਹ ਰੂਪਕ ਦੇ ਰੂਪ ਵਿੱਚ ਸੁਰਜੀਤ ਕੀਤਾ ਇਸਨੂੰ। ਹੁਣ ਆ ਜਾਈਏ ਜੋ ਇਸ ਬਾਤ ਅਸੀਂ ਕਰ ਰਹੇ ਸੀਗੇ, ਭਰੀਆ ਹੱਥ ਪੈਰ ਤਨੰਦੇ, ਜੇਕਰ ਮਿੱਟੀ ਦੇ ਨਾਲ ਸਾਡੇ ਹੱਥ ਪੈਰ ਲਿਬੜ ਜਾਣ, ਮਿੱਟੀ 'ਚ ਅਬੁਰਧ ਹੋ ਜਾਣ, ਪਾਣੀ ਧੋਤਾ ਉਤਰਸ ਖੇ, ਇਹ ਮਿੱਟੀ ਪਾਣੀ 'ਚ ਧੋ ਕੇ ਲੈ ਜਾਂਦੀ ਹੈ। ਬਹੁਤ ਸਿੰਪਲੀਫਾਈ ਕੀਤਾ, ਇਹ ਚੀਜ਼ ਸਮਝ ਆ ਗਈ ਤੈਨੂੰ? ਹੁਣ ਕਿਹਾ ਮੂਤ ਪਲੀਤੀ, ਜੇਕਰ ਤੇਰੇ ਬਸਤਰ, ਤੇਰੇ ਕੱਪੜੇ ਜਿਹੜੇ ਨੇ ਇਹਨਾਂ 'ਚ ਬੋਡੀ ਆਰਡਰ ਚੱਲਾ ਜਾਂਦਾ, ਪਲੀਤ ਹੋ ਜਾਂਦੇ ਨੇ, ਸਮਝ ਕੇ ਰੱਖੀ, ਪਾਣੀ ਇਹਨਾਂ ਨੂੰ ਸਾਫ਼ ਨਹੀਂ ਕਰੇਗਾ। ਹੁਣ ਇਹ ਅਸੀਂ ਆਪ ਅੰਡਰਸਟੈਂਡਿੰਗ 'ਚ ਲੈ ਕੇ ਜਾਣਾ, ਦੈਟ ਇਜ਼ ਇੰਟਰਪ੍ਰਿਟੇਸ਼ਨ। ਵੀ ਹੈਵ ਟੂ ਰੈਫਰੈਂਸ ਦ ਫਸਟ ਲਾਈਨਸ ਟੂ ਅੰਡਰਸਟੈਂਡ ਵਾਈ ਬਾਬਾ ਜੀ ਇਜ਼ ਪੁਟਿੰਗ ਦਿਸ ਐਗਜ਼ਾਮਪਲ ਓਵਰ ਹੇਅਰ। ਇਹਦਾ ਮਾਇਨ ਆ ਕੇ ਇੱਥੇ ਬਣ ਰਿਹਾ, ਕਿਆ ਮੂਤ ਪਲੀਤੀ ਕੱਪੜ ਹੋਏ, ਫਿਰ ਮਹਾਰਾਜ ਕਹਿੰਦੇ ਦੇ ਸਾਬੂਣ, ਜੇ ਉਹ ਧੋਣੇ ਨੇ ਤੈਨੂੰ ਸਾਬਣ ਦੇ ਮੀਨ, ਉਸ ਕੱਪੜੇ ਦੇ ਨਾਲ ਪ੍ਰੋਪਰ ਉਹਦੀ ਰਿਲੇਸ਼ਨਸ਼ਿਪ ਬਣੇਗੀ ਤਾਂ ਬਾਤ ਬਣੇਗੀ। ਹੁਣ 'ਚ ਇਹ ਵੀ ਸਮਝ ਲਈਏ, ਜਦੋਂ ਅੱਗੇ ਬਾਤ ਹੋਣੀ ਹੈ ਨਾ, ਭਰੀਆ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੇਂ ਕਹਿ ਰੰਗ। ਹੁਣ ਨਾਵੇਂ ਕਹਿ ਰੰਗ ਦੇ ਕੋਨਸੈਪਟ ਉੱਥੇ ਮੈਂ ਵਾਪਸ ਹੁਣ ਉਸ ਸਲਾਈਡ 'ਤੇ ਆ ਜਾਣਾ ਵਾਪਸ, ਪਰ ਟੂਕ ਮਾਤਰ ਬੇਨਤੀ ਕਰਨ ਲੱਗਾ ਜਿਹੜੀ ਇੱਥੇ, ਜਿਸ ਤਰ੍ਹਾਂ ਜਾਣੋ, ਨਾਮ ਆ, ਬਾਣੀ ਆ, ਸ਼ਬਦ ਹੈ, ਇਹ ਹੈ ਪਹਿਲੇ ਨੰਬਰ 'ਤੇ ਸੁਣਨ ਅਤੇ ਪੜ੍ਹਨ ਦਾ ਮਸਲਾ। ਹੁਣ ਸੁਣਨ ਅਤੇ ਪੜ੍ਹਨ ਦਾ ਮਸਲਾ, ਇੱਕ ਤਾਂ ਕਿ ਬੜਾ ਓਪਰਾ ਜਿਹਾ ਬੰਦਾ ਬਸ ਬੈਠਾ ਆ, ਉਹ ਨਾ ਬੈਠਿਆਂ ਵਰਗਾ, ਉਹ ਸੁਣ ਰਿਹਾ ਨਾ ਸੁਣਿਆ ਵਰਗਾ, ਉਹ ਪੜ੍ਹ ਰਿਹਾ ਨਾ ਸੁਣਿਆ ਵਰਗਾ, ਜਾਂ ਨਾ ਪੜ੍ਹਿਆ ਵਰਗਾ। ਗੁਰੂ ਬਾਬਾ ਜੀ ਨੇ ਉਹਦੀ ਗੱਲ ਕੀਤੀ ਬਾਣੀ 'ਚ ਬੜੇ ਰੂਪ, ਬੜੇ ਤਰੀਕੇ ਦੇ ਨਾਲ। ਹੁਣ ਆਪਾਂ ਕੱਪੜੇ ਨੂੰ ਸਾਬਣ ਦੇਣਾ ਨਾ, ਤਾਂ ਆਪਾਂ ਇਹ ਵੀ ਕਰ ਸਕਦੇ ਹਾਂ, ਸਾਬਣ ਚੱਕੋ, ਇੱਕ ਇੱਕ ਕੱਪੜੇ ਨੂੰ ਛੁਆ ਦਿਓ ਐਵੇਂ ਕਰਕੇ, ਅਤੇ ਰੱਖ ਦਿਓ ਅਤੇ ਕਹੋ ਧੁੱਪ ਗਏ। ਨੋ, ਇਸ ਨੋਟ ਗੋਨਾ ਹੈਪਨ ਲਾਈਕ ਦੈਟ। ਇੱਕ ਕੰਮ ਹੋਰ ਕਰੋ, ਸੋਪ ਜਿਹੜਾ ਆ ਉਸ ਨੂੰ ਚੱਕੋ, ਅਤੇ ਮਤਲਬ ਇੱਕ ਵਾਰੀ ਇੱਕ ਪਾਸੇ ਲਾ ਦਿਓ, ਕਰੋ ਦੂਜੇ ਪਾਸੇ, ਤੀਜੇ ਪਾਸੇ, ਚੌਥੇ ਪਾਸੇ, ਬਸ ਚਲੋ ਜੀ ਡਨ। ਨਾ 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 ਨਾ, ਤੁਹਾਨੂੰ ਇਹ ਮੇਕ ਸ਼ੋਰ ਕਰਨਾ ਪਏਗਾ ਕਿ ਉਹਦੇ ਰੇਸ਼ੇ 'ਚ ਸਾਬਣ ਚਲਾ ਗਿਆ। ਫਿਰ ਇਕੱਲਾ ਚਲਾ ਨਹੀਂ ਗਿਆ, ਉਸਨੂੰ ਪੂਰੇ ਪ੍ਰੋਸੈਸ ਦੇ ਵਿੱਚ ਉੱਥੇ ਫਿਰ ਤੁਸੀਂ ਉਸਨੂੰ ਕੱਢਣਾ ਵੀ ਹੈ, ਉਸਨੂੰ ਕਲੀਨ ਵੀ ਕਰਨਾ ਹੈਗਾ, ਤਾਂ ਜਾ ਕੇ ਬਾਤ ਬਣੇਗੀ। ਸੋ ਹੁਣ ਐਗਜੈਕਟਲੀ ਆ ਜਾਓ ਸ਼ਬਦ ਦੇ ਵਿੱਚ। ਬਾਬਾ ਜੀ ਕਹਿੰਦੇ ਪਾਠ ਪੜ੍ਹਿਓ,
ਅਰਬੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਓ ਸੰਗਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਏ, ਇਹ ਕੋਈ ਮਿਲਾਪ ਦਾ ਤਰੀਕਾ ਨਹੀਂ ਗਾ। ਗੁਰੂ ਸਾਹਿਬ ਤੁਸੀਂ, ਹਾਂ ਗੁਰੂ ਸਾਹਿਬ ਆਪਣੇ ਆਪ ਨੂੰ ਸਾਡੇ ਨਾਲ ਇਨਕਲੂਡ ਕਰਦੇ, ਐਕਸਕਲੂਡ ਨਹੀਂ ਕਰਦੇ। ਉਪਦੇਸ਼ਕ, ਉਪਦੇਸ਼ ਦੇਣ ਵਾਲਾ, ਉਪਦੇਸ਼ ਗ੍ਰਹਿਣ ਕਰਤਾ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਕਰਦਾ, ਉਹਦੇ ਵਿੱਚ ਮਨੂਵਰ ਕਰਕੇ ਇਨਵੋਲਵ ਕਰਕੇ ਕਹਿੰਦਾ। ਜਿਵੇਂ ਸੁਪੋਜ਼ ਕਰੋ, ਆਪਾਂ ਸਾਡੇ ਬੱਚੇ ਬੈਠੇ ਇੱਥੇ, ਯੂਨੋ ਆਪਾਂ ਬੱਚਿਆਂ ਨਾਲ ਗੱਲਾਂ ਕਰਦੇ ਹਾਂ, ਨੋ ਡਾਊਟ ਸਮੇਂ ਦੇ ਨਾਲ, ਏਜ ਨਾਲ ਚੀਜ਼ਾਂ ਲਰਨ ਕਰਦੇ ਨੇ ਬੱਚੇ, ਅਤੇ ਮੋਸਟਲੀ ਦੇ ਲਰਨ ਬਾਏ ਮਿਸਟੇਕਸ। ਮਤਲਬ ਕੋਈ ਐਂਜਲ ਹੀ ਹੋਏਗੀ ਜਿਹੜਾ ਕਿਸੇ ਹੋਰ ਦੀ ਗਲਤੀ ਸਮਝ ਕੇ ਆਪ ਗਲਤੀ ਕਰਨ ਤੋਂ ਬਚ ਜਾਏਗਾ। ਦੈਟ ਇਜ਼ ਕਾਇੰਡ ਆਫ ਐਂਜਲ ਸੋਲ ਯੂ ਯੂ ਸ਼ੁੱਡ ਸੀ। ਜਿੱਥੇ ਕਿਤੇ ਆਪਣੀ ਵਾਰੀ ਆਉਂਦੀ ਹੈ, ਯਾਰ ਪੀਪਲ ਡੂ ਸਮ ਮਿਸਟੇਕਸ, ਐਂਡ ਵੰਸ ਦੇ ਡੂ ਮਿਸਟੇਕਸ ਦੇ ਹੈਵ ਟੂ ਫੇਸ ਦਾ ਕੋਨਸੀਕੁਐਂਸਿਸ। ਉਹਨਾਂ ਦੇ ਥਰੂ ਜਦੋਂ ਜਾਂਦੇ ਫਿਰ ਪਤਾ ਲੱਗ ਜਾਂਦਾ ਇਹਦੀ ਕੀਮਤ ਕੀ ਹੈ, ਇਹਦਾ ਇਸ ਰੂਪ ਵਿੱਚ ਕੀ ਹੈ। ਮੈਂ ਪ੍ਰਿਜ਼ਨ ਸੈਟਿੰਗ 'ਚ ਕੰਮ ਕੀਤਾ ਸਾਲਾਂ ਦੇ ਸਾਲਾਂ ਤੋਂ, ਬੜੇ ਮੰਜ਼ਰ ਦੇਖੇ ਨੇ ਮੈਂ। ਮਤਲਬ ਜਿਹੜੇ ਛੋਟੇ ਕੋਨਸੀਕੁਐਂਸਿਸ ਫੇਸ ਕਰਕੇ ਬੱਚੇ ਬਚ ਸਕਦੇ ਸੀਗੇ, ਉਹ ਐਡੇ ਵੱਡੇ ਕੋਨਸੀਕੁਐਂਸਿਸ ਫੇਸ ਕਰ ਰਹੇ ਨੇ ਹੁਣ, ਅਤੇ ਹੁਣ ਪਤਾ ਲੱਗ ਰਿਹਾ ਕਿ ਹਾਲਤ ਕੀ ਬਣ ਰਹੀ ਹੈ। ਇੱਕ ਬੱਚਾ ਸੀ, ਅਤੇ ਉਹ ਜਦੋਂ ਨਾ ਉੱਥੇ ਹਰ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟਿਆਂ ਬਾਅਦ ਉਹ ਕਾਊਂਟ ਕਰਦੇ ਨੇ, ਬੰਦੇ ਗਿਣਦੇ ਨੇ ਹਰ ਇੱਕ ਦੋ ਦੋ ਚਾਰ ਚਾਰ ਘੰਟਿਆਂ ਬਾਅਦ ਉਹਨਾਂ ਦੀ ਕਾਊਂਟਿੰਗ ਹੁੰਦੀ ਵਾਰ ਵਾਰ, ਅਤੇ ਕਿਉਂਕਿ ਉਹਨਾਂ ਨੂੰ ਪਤਾ ਰਹੇ ਬੰਦੇ ਉਹ ਤਾਂ ਇਹੀ ਹੈ, ਪ੍ਰਿਜ਼ਨ ਦਾ ਮਤਲਬ ਹੀ ਹੁੰਦਾ ਕਿਤੇ ਉਹਨੇ ਕੀਪ ਔਨ ਕਾਊਂਟਿੰਗ, ਵੀ ਕਿਤੇ ਕਿਸੇ ਰੂਪ ਦੇ ਵਿੱਚ ਜਿਹੜਾ ਹੈਗਾ ਕੋਈ ਬੰਦਾ ਸੱਜੇ ਖੱਬੇ ਨਾ ਹੋ ਜਾਵੇ, ਕਿਉਂਕਿ ਬਿਲਕੁਲ ਰੂਮ ਨਹੀਂ ਦਿੰਦੇ ਉਹ। ਅਤੇ ਉਹ ਜਦੋਂ ਕਾਊਂਟ ਕਰਦੇ ਨੇ ਤਾਂ ਉਹ ਉਹਨਾਂ ਦੀ ਆਵਾਜ਼ ਆਉਂਦੀ ਕਾਊਂਟ ਅਪ ਕਾਊਂਟ ਅਪ ਕਾਊਂਟ ਅਪ। ਮੇਨ ਕਾਊਂਟ ਹੋਣਾ, ਆਪਾਂ ਆਪਣੀ ਜਗ੍ਹਾ 'ਤੇ ਜਾ ਕੇ ਖੜ੍ਹੇ ਹੋ ਜਾਓ, ਇਸ ਤਰੀਕੇ ਨਾਲ ਉਹ ਖੜ੍ਹੇ ਹੋ ਜਾਂਦੇ ਇਸ ਤਰੀਕੇ ਨਾਲ। ਅਤੇ ਉਹ ਜਦੋਂ ਉਹਦਾ ਬਿਲਕੁਲ ਰਿਲੀਜ਼ਿੰਗ ਪਲਾਂਟ ਸਾਹਮਣੇ ਆ ਗਿਆ ਨਾ, ਅਤੇ ਉਸ ਤਰੀਕੇ ਨਾਲ, ਅਤੇ ਉਹ ਕਹਿੰਦਾ ਮੇਰੀ ਇੱਕ ਛੋਟੀ ਰਿਕੁਐਸਟ ਆ, ਅਤੇ ਤੂੰ ਮੇਰੀ ਹੈਲਪ ਕਰ ਸਕਦਾ ਇਹਦੇ 'ਚ। ਮੈਂ ਕਿਹਾ ਕੀ? ਕਹਿਣ ਲੱਗਾ ਜਿਹੜੀ ਇਹਨਾਂ ਦੀ ਅਨਾਊਂਸਮੈਂਟ ਹੈ ਨਾ ਕਾਊਂਟ ਅਪ, ਆਈ ਵਾਂਟ ਅ ਕਾਪੀ ਫਰੋਮ ਦੈਟ ਅਨਾਊਂਸਮੈਂਟ। ਅਤੇ ਮੈਂ ਕਿਹਾ ਬੜੀ ਫਨੀ ਚੀਜ਼ ਹੈ ਵੈਸੇ, ਹੈ ਨਾ, ਇਹ ਕਾਹਦੇ ਵਾਸਤੇ? ਕਹਿੰਦਾ ਇਹ ਮੈਂ ਆਪਣੇ ਅਲਾਰਮ ਵਿੱਚ ਪਾਉਣੀ ਹੈ, ਮੈਂ ਆਪਣੇ ਅਲਾਰਮ ਦੇ ਵਿੱਚ ਰਿਕਾਰਡਿੰਗ ਪਾਉਣੀ ਹੈ, ਕਿਉਂਕਿ ਮੈਨੂੰ ਹੁਣ ਪਤਾ ਲੱਗਾ ਵੀ ਫਰੀਡਮ ਦੀ ਵੈਲਿਊ ਕੀ ਹੁੰਦੀ ਹੈ। ਕਹਿੰਦਾ ਫਰੀ ਮੈਨ ਸੋਸਾਇਟੀ 'ਚ ਹੋਣਾ ਹਾਊ ਵੈਲਿਊਬਲ ਇਜ਼। ਕਹਿੰਦਾ ਨਾਓ ਆਈ ਗਾਟ ਇਟ। ਸੋ ਉਹ ਲਿਟਰਲੀ ਤੌਰ 'ਤੇ ਮੈਂ AWI ਵਾਲਿਆਂ ਨਾਲ ਗੱਲ ਕੀਤੀ, ਤਾਂ ਉਹ ਕਹਿੰਦੇ ਇਟਸ ਓਕੇ। ਉਹ ਕਹਿੰਦਾ ਬੜਾ, ਉਹ ਵੀ ਬੜਾ ਹੱਸਿਆ, ਅਤੇ ਮੈਂ ਉਹਨੂੰ ਪੁੱਛਿਆ, ਕਹਿਣ ਲੱਗਾ ਇਜ਼ ਨੋਟ ਦਾ ਫਸਟ ਵਨ, ਹੋਰ ਵੀ ਹੈਗੇ ਬੜੇ ਜਿਹੜੇ ਐਵੇਂ ਇਸ ਤਰੀਕੇ ਸਾਡੇ ਤੋਂ ਮੰਗਦੇ। ਪਰ ਇਹ ਜਿਹੜੀ ਚੀਜ਼ ਆ, ਪਤਾ ਲੱਗਾ ਹਾਂ, ਜਦੋਂ ਬੰਦੇ ਨੇ ਕੋਨਸੀਕੁਐਂਸਿਸ ਫੇਸ ਕੀਤੇ ਫਿਰ ਅਹਿਸਾਸ ਹੋਇਆ। ਪਰ ਇਹ ਜੀਵਨ ਦਾ ਪੜਾਅ ਆ, ਪਰ ਇਹਦੇ 'ਚ ਚੇਤੇ ਰੱਖਿਆ ਜੇ ਕਿ ਜਿਹੜੀ ਗੱਲ ਆ ਕਿ ਮਹਾਰਾਜ ਬਿਆਨ ਕਰਦੇ, ਹਾਂ ਮੈਂ ਆਪਣੇ ਆਪ ਨੂੰ ਇਨਵੋਲਵ ਕਰ ਰਿਹਾ ਵਾਂ। ਮੀਨ ਉਪਦੇਸ਼ਕ, ਉਪਦੇਸ਼ ਗ੍ਰਹਿਣ ਕਰਤਾ ਨੂੰ ਆਪਣੇ ਨਾਲ ਇਨਕਲੂਡ ਕਰਦਾ। ਜਿਵੇਂ ਸਪੋਜ਼ ਕਰੋ ਗੁਰੂ ਸਾਹਿਬ ਬਾਤ ਕਰਦੇ ਸਾਡੇ ਲਈ ਕੀ ਹੈ, ਅਸੀਂ ਜਦੋਂ ਬੱਚਿਆਂ ਨਾਲ ਗੱਲਾਂ ਕਰਦੇ, ਬੱਚੇ ਗਲਤੀਆਂ ਕਰਦੇ, ਉਹਨਾਂ ਨੂੰ ਆਪਣੀਆਂ ਗਲਤੀਆਂ ਬਾਰੇ ਦੱਸੋ। ਹੁਣ ਦੱਸੋ ਆਪਾਂ ਕਿਹੋ ਜਿਹੇ ਫਲੋਜ਼, ਕਿਹੋ ਜਿਹੀਆਂ ਮਿਸਟੇਕਸ ਕੀਤੀਆਂ ਸੀਗੀਆਂ, ਤਾਂ ਕਿ ਕੋਰਲੇਟ ਕਰ ਸਕੀਏ। ਬਾਬਾ ਜੀ ਐਵੇਂ ਕਰਦੇ, ਔਗਣਾਂ ਦੀ ਗੱਲ ਐਵੇਂ ਕਰਦੇ ਬਾਣੀ ਦੇ ਵਿੱਚ, ਨਹੀਂ ਤਾਂ ਭਗਤ ਸਾਹਿਬਾਨ ਤੋਂ ਵਧੀਆ ਸੁੱਚੀ ਰੂਹ ਕਿਹੜੀ ਹੋਏਗੀ। ਬਾਬਾ ਕਬੀਰ ਜੀ ਦੇ ਬਚਨ ਅਸੀਂ ਕਿੰਨੀ ਕਿੰਨੀ ਵਾਰੀ ਪੜ੍ਹੇ ਆ, ਕਬੀਰ ਸਭ ਤੇ ਹਮ ਬੁਰੇ। ਬਾਬਾ ਕਬੀਰ ਜੀ ਪਲੀਜ਼, ਤੁਹਾਡੇ ਤੋਂ ਚੰਗਾ ਬੰਦਾ ਅੱਜ ਤੱਕ ਨਾ ਧਰਤੀ 'ਤੇ ਪੈਦਾ ਹੀ ਨਹੀਂ ਹੋਇਆ ਹੋਣਾ, ਜਿੰਨੀ ਪਵਿੱਤਰ ਰੂਹ ਤੁਸੀਂ ਸੀਗੇ। ਪਰ ਉਹ ਕਹਿੰਦੇ ਨਹੀਂ ਨਹੀਂ, ਜੇ ਕਿਸੇ ਬੁਰੇ ਨੂੰ ਬੁਰਿਆਈ ਤੋਂ ਕੱਢਣਾ ਆ, ਉਹਨੂੰ ਇਹ ਥੋੜ੍ਹਾ ਕਹਿਣਾ ਪਏਗਾ ਵੀ ਤੂੰ ਬਹੁਤ ਬੁਰਾ ਹੈ ਬਾਈ, ਤੂੰ ਬਹੁਤ ਮਾੜਾ ਹੈ। ਇਸੇ ਕਰਕੇ ਅਸੀਂ ਉਹ ਨਾਨਕ ਨੀਚ ਕਹਿ ਵਿਚਾਰ ਵਾਲੀ ਪੰਕਤੀ ਪੜ੍ਹੀ ਉੱਥੇ ਜਾ ਕੇ, ਉਹ ਪੌੜੀ ਪੜ੍ਹੀ ਸੀ। ਖੈਰ
ਇੱਥੇ ਜਿਹੜਾ ਬਚਨ ਆ ਰਿਹਾ ਹੈ, ਹੁਣ ਆਪਾਂ ਨਾਲ ਨਾਲ ਇਹਦੇ ਚੱਲਦੇ ਹਾਂ, ਪਰੀਏ ਮਤ ਪਾਪਾਂ ਕੈ ਸੰਗ, ਜਿੱਥੇ ਬੀਤੇ ਕੱਲ੍ਹ ਆਪਾਂ ਛੱਡੀ ਸੀਗੀ ਉਹਨੂੰ ਨਾਲ ਲੈ ਕੇ ਚੱਲੀਏ, ਫਿਰ ਆਪਾਂ ਨਾਲ ਨਾਲ ਪੰਕਤੀ ਵਰਡ ਬਾਏ ਵਰਡ ਦੇਖ ਰਹੇ ਹਾਂ ਇਸ ਚੀਜ਼ ਨੂੰ। ਪਰੀਏ ਮਤ ਪਾਪਾਂ ਕੈ ਸੰਗ, ਬੀਤੇ ਕੱਲ੍ਹ ਵੀ ਬਾਤ ਕੀਤੀ ਸੀ ਕਿ ਮਤ ਵਿੱਚ ਚੀਜ਼ਾਂ ਅਸੀਂ ਪਾਉਂਦੇ ਹਾਂ। ਵੈਸੇ ਬਹੁਤ ਸਾਰੇ ਸ਼ਬਦ ਨੇ ਮੇਰੇ ਜ਼ਹਿਨ 'ਚ ਹੁਣ ਵੀ, ਜਦੋਂ ਮੈਂ ਬੋਲ ਰਿਹਾ ਆਇਆ ਬਚਨ ਅਜੇ ਹੁਣੇ, ਕਿ ਮਨ ਰੇ ਕੌਣ ਕੁਮਤ ਤੈ ਲੀਨੀ। ਮੇਰੇ ਨਾਲ ਬੋਲਿਓ ਜੇ, ਮਨ ਰੇ ਕੌਣ ਕੁਮਤ ਤੈ ਲੀਨੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਮਨ ਰੇ ਕੌਣ ਕੁਮਤ ਤੈ ਲੀਨੀ। ਤੂੰ ਕਿਹੜੀ ਕੁਮਤ ਪ੍ਰਾਪਤ ਕਰ ਲਈ? ਮੀਨ ਮਨ ਮਤ ਨੂੰ ਧਾਰਨ ਕਰਦਾ ਆ, ਜਿਵੇਂ ਆਪਾਂ ਕੱਪੜੇ ਪਾਉਂਦੇ ਹਾਂ ਨਾ, ਐਵੇਂ ਮਨ ਕਾਲੇ ਰੰਗ ਦੇ ਕੱਪੜੇ ਵੀ ਪਾ ਸਕਦਾ, ਚਿੱਟੇ ਰੰਗ ਦੇ ਵੀ ਪਾ ਸਕਦਾ, ਇਹ ਸੁਮਤ ਵੀ ਲੈ ਸਕਦਾ, ਇਹ ਕੁਮਤ ਵੀ ਲੈ ਸਕਦਾ। ਮਨ ਨੇ ਅਗਵਾਈ ਲੈਣੀ ਹੈ, ਉਹ ਕੁਝ ਦੀ ਵੀ ਲੈ ਸਕਦਾ, ਉਹ ਚੰਗੇ ਦੀ ਵੀ ਲੈ ਸਕਦਾ। ਬਾਬਾ ਜੀ ਬਿਆਨ ਕਰਦੇ, ਤੂੰ ਕੁਮਤ ਨਾ ਗ੍ਰਹਿਣ ਕਰੀ, ਕਿਉਂਕਿ ਜੇ ਤੂੰ ਕੁਮਤ ਲਏਗਾ ਮਰੇਗਾ। ਸਹੀ ਮਤ ਲੈ, ਅਤੇ ਕੁਮਤ ਹਰ ਚੀਜ਼ ਹੀ ਸਾਡੇ ਵਾਸਤੇ ਮਤ ਹੈ ਜੀ। ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਥੋਟ ਨੂੰ, ਤੁਹਾਡੇ ਓਪੀਨੀਅਨ ਨੂੰ ਸ਼ੇਪ ਦੇ ਰਹੀ ਹੈ, ਉਹ ਤੁਹਾਡੇ ਵਾਸਤੇ ਮਤ ਹੈ। ਬੰਦਾ ਕਹਿੰਦਾ, ਕੋਈ ਗੱਲ ਕਰਦਾ ਨਾ, ਕਹਿੰਦਾ ਇਹ ਮਤ ਤੈਨੂੰ ਕਿਹਨੇ ਦਿੱਤੀ? ਉਹ ਕਹਿੰਦਾ ਮਤ ਤਾਂ ਨਹੀਂ ਦਿੱਤੀ, ਮੈਨੂੰ ਗੱਲ ਹੀ ਦੱਸੀ ਕਿਸੇ ਨੇ। ਉਹ ਗੱਲ ਹੀ ਮਤ ਸੀਗੀ, ਉਹ ਗੱਲ ਦੇ ਵਿੱਚ ਹੀ ਥੋਟ ਸੀਗਾ ਜਿਹੜਾ ਤੂੰ ਧਾਰਨ ਕਰ ਲਿਆ। ਈਵਨ ਜਿਵੇਂ ਅਸੀਂ ਵੋਟ ਕਹਿੰਦੇ ਹਾਂ, ਇੱਥੇ ਵੋਟ ਨੂੰ ਜਦੋਂ ਅਸੀਂ ਆਪਣੀ ਇੰਡੀਅਨ ਲੈਂਗੁਏਜ ਟ੍ਰਾਂਸਲੇਟ ਕਰਦੇ ਹਾਂ ਤਾਂ ਉਹ ਕੀ ਬਣਦਾ? ਮਤ। ਉਹ ਕਹਿੰਦੇ ਨੇ ਮਤਦਾਨ। ਮਤਦਾਨ ਦਾ ਮਤਲਬ ਕੀ ਹੈ? ਤੁਸੀਂ ਆਪਣੀ ਮਤ ਮੀਨ ਆਪਣੀ ਧਿਰ ਦੇਣਾ ਉੱਥੇ, ਤੁਸੀਂ ਧਿਰ ਬਣ ਜਾਣਾ ਉਹਦੀ। ਅਤੇ ਧਿਰ ਅਸੀਂ ਉਦੋਂ ਹੀ ਬਣਦੇ ਹਾਂ ਜਦੋਂ ਕਿਸੇ ਦੇ ਖਿਆਲਾਂ ਨਾਲ ਅਸੀਂ ਸਹਿਮਤ ਹੋ ਜਾਂਦੇ। ਸੋ ਇਸ ਰੂਪ ਦੇ ਵਿੱਚ ਆ, ਪਾ ਕੇ ਅਸੀਂ ਖਿਆਲਾਂ ਨੂੰ ਪਾਈ ਗਏ ਅਤੇ ਇੱਕ ਆਪਣੇ ਆਪ ਨੂੰ ਭਰ ਲਿਆ। ਭਾਈ ਵੀਰ ਸਿੰਘ ਦੀ ਨਜ਼ਮ ਹੈ ਬੜੀ ਕਮਾਲ ਦੀ, ਕਿਉਂਕਿ ਕਈ ਵਾਰੀ ਹੁੰਦਾ ਗੁਣ ਜਿੱਥੇ ਵੀ ਹੋਏ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਭਾਈ ਸਾਹਿਬ ਦੇ ਨਾਲ ਕਈਆਂ ਨੂੰ ਹੋਏ ਇਤਰਾਜ਼ ਹੈ ਕਈ ਤਰ੍ਹਾਂ ਦਾ, ਭਾਈ ਵੀਰ ਸਿੰਘ ਨੇ ਇਹ ਨਹੀਂ ਲਿਖਿਆ, ਇਹ ਨਹੀਂ ਲਿਖਿਆ, ਪਰ ਮੈਂ ਤਾਂ ਟੂਕ ਮਾਤਰ ਸਿਰਫ ਹੈ ਜਿਹੜੀ ਚੰਗੀ ਗੱਲ ਹੈ ਗੁਣ ਦੇ ਰੂਪ ਵਿੱਚ ਗ੍ਰਹਿਣ ਕਰ ਲਈ ਜਾਏ। ਉਹ ਇੱਕ ਜਗ੍ਹਾ ਬਿਆਨ ਕਰਦੇ, ਕਹਿੰਦੇ ਵੀ ਇਹ ਜਿਹੜਾ ਸਿਰ ਆ ਨਾ ਸਾਡਾ, ਇਹ ਮੋਸਟਲੀ ਕਚਕੋਲ ਆ। ਕਚਕੋਲ ਜੇ ਸਮਝਣਾ ਹੋਏ, ਇਟਸ ਏ ਬੈਗਰਸ ਪੋਟ, ਜਿਹੜਾ ਭਖਾਰੀ ਦਾ ਉਹ ਨਹੀਂ ਹੁੰਦਾ ਕਾਸਾ, ਉਹ ਹੈਗਾ, ਇਹ ਕਚਕੋਲ ਆ। ਅਤੇ ਭਖਾਰੀ ਆਪਨੇ ਦੇਖੇ ਹੋਣਗੇ, ਖੈਰ ਅਸੀਂ ਤਾਂ ਅਰਬਨ ਬੈਗਰ ਦੇਖਦੇ ਹਾਂ ਨਾ, ਆਲਮੋਸਟ ਬ੍ਰਮਟਨ ਦੇ ਹਰ ਕੋਰਨਰ 'ਤੇ ਆ ਗਏ ਨੇ ਹੁਣ ਤਾਂ ਉਸ ਰੂਪ ਦੇ ਵਿੱਚ। ਪਰ ਆਪਾਂ ਇੰਡੀਆ 'ਚ ਜਿਹੜੇ ਨੇ ਟ੍ਰੈਡੀਸ਼ਨਲ ਬੈਗਰ ਵੀ ਦੇਖੇ ਨੇ, ਅਤੇ ਉਹ ਮਨੀ ਨਹੀਂ ਸੀ ਮੰਗਦੇ ਹੁੰਦੇ, ਮਨੀ ਹੁੰਦੀ ਨਹੀਂ ਸੀ ਲੋਕਾਂ ਕੋਲ, ਕਰੰਸੀ ਤਾਂ ਪਿੰਡਾਂ ਥਾਵਾਂ 'ਤੇ ਕਿੱਥੇ ਦੇਖਣ ਨੂੰ ਨਹੀਂ ਸੀ ਮਿਲਦੀ, ਕਰੰਸੀ ਦਾ ਤਾਂ ਚੱਲਣ ਹੀ ਨਹੀਂ ਸੀਗਾ। ਹਾਂ, ਬਹੁਤਾ ਤਾਂ ਚੀਜ਼ਾਂ ਦਾ ਹੀ ਲੈਣ ਦੇਣ ਐਕਸਚੇਂਜ ਹੁੰਦਾ ਸੀਗਾ, ਅਤੇ ਮੋਸਟਲੀ ਫੂਡ ਮੰਗਣ ਵਾਸਤੇ ਆਉਂਦੇ ਸੀਗੇ। ਅਤੇ ਫੂਡ ਹੁਣ ਸਪੋਜ਼ ਕਰੇ ਘਰ ਗਿਆ, ਅਤੇ ਉੱਥੇ ਉਹਨਾਂ ਨੇ ਕੋਈ ਸਾਗ ਬਣਾਇਆ ਸੀ, ਸਾਗ ਪਾ ਤਾ। ਦੂਜੇ ਘਰ ਗਿਆ, ਉਹਨਾਂ ਖਿਚੜੀ ਬਣਾਈ ਸੀ, ਖਿਚੜੀ ਕੋਈ ਕਾਸਾ ਉਹਦਾ, ਉਹਦੇ 'ਚ ਪਾ ਤਾ। ਤੀਜੇ ਘਰ ਗਿਆ, ਉਹਨਾਂ ਮਿੱਠੇ ਚੌਲ ਬਣਾਏ ਸੀ, ਉਹ ਪਾ ਤੇ। ਚੌਥੇ ਘਰ ਗਿਆ, ਉਹਨਾਂ ਕਰੇਲੇ ਬਣਾਏ ਸੀ, ਉਹ ਪਾ ਤੇ। ਮਤਲਬ ਕੋਈ ਚੀਜ਼ ਦੇ ਵਿੱਚ ਉਹ ਸਾਰੇ ਤਰ੍ਹਾਂ ਦਾ ਮਸਾਲਾ ਜਿਹੜਾ ਉਹ ਪਾ ਲਿਆ, ਉਹ ਕੀ ਬਣ ਗਿਆ ਹੁਣ? ਕਚਕੋਲ। ਉਹਦੇ ਵਿੱਚ ਮਤਲਬ ਕੁਝ ਵੀ ਚੰਗਾ ਨਹੀਂ ਰਿਹਾ, ਸਭ ਚੀਜ਼ਾਂ ਦਾ ਇਸ ਰੂਪ ਮਿਕਸਚਰ ਹੋ ਗਿਆ। ਸਾਡਾ ਮੋਸਟਲੀ ਸਾਰਿਆਂ ਦਾ ਸਿਰ ਐਵੇਂ ਦਾ, ਮਤਲਬ ਜਿੱਧਰੋਂ ਕਿੱਧਰੋਂ ਜੋ ਮਿਲਿਆ ਸਾਰਾ ਕੁਝ ਕਰਾ ਕੇ ਵਿੱਚ ਪਾ ਲਿਆ, ਅਤੇ ਉਹ ਕਚਕੋਲ ਭਰ ਕੇ ਪੂਰੇ ਦਾ ਪੂਰਾ, ਤਾਂ ਸੋਚਿਆ ਲੈ ਭਾਂਡਾ ਭਰ ਗਿਆ ਪੂਰਾ ਆਪਣਾ। ਹੁਣ ਤਾਂ ਆਪਾਂ ਬਹੁਤ ਸਿਆਣੇ ਹੋ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਲੈਂਦੇ, ਕਹਿੰਦੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਸੀ ਭਰਿਆ। ਕਹਿੰਦੇ ਦਰ ਦਰ ਤੋਂ ਜਾ ਕੇ ਟੁੱਕ ਮੰਗੇ, ਟੁੱਕ ਮੰਗ ਕੇ ਅਤੇ ਤੁਨ ਤੁਨ ਕੇ ਉਹਨੂੰ ਭਰ ਲਿਆ। ਅੱਜ ਕੱਲ੍ਹ ਤਾਂ ਮੰਗਣ ਦੀ ਲੋੜ ਵੀ ਨਹੀਂ, ਅੱਜ ਕੱਲ੍ਹ ਤੁਹਾਨੂੰ ਬਿਨਾਂ ਮੰਗੇ ਹੀ ਸਾਰੇ ਵਟਸਅਪ, ਯੂਨੀਵਰਸਿਟੀ ਤੋਂ, ਸੋਸ਼ਲ ਮੀਡੀਆ ਜਿਹੜੇ ਹੈਗੇ ਨੇ, ਅਕੈਡੈਮਿਕਸ ਤੋਂ, ਉਹ ਸਾਰੇ ਕੋਰਸਿਸ ਕਰਾਉਂਦੇ ਨੇ ਤੁਹਾਨੂੰ, ਕ੍ਰੈਸ਼ ਕੁੱਕ ਜਿਹੜੇ ਨੇ ਕੋਰਸ ਲਗਾਤਾਰ ਭੇਜੀ ਜਾਂਦੇ ਨੇ, ਮੈਸੇਜ 'ਤੇ ਮੈਸੇਜ। ਸੋ ਤੁਹਾਨੂੰ ਆਪਣੇ ਆਪ ਸੁਨੇਹੇ 'ਤੇ ਸੁਨੇਹੇ ਆ ਰਹੇ ਨੇ।
ਇੱਕੋ ਸਮੇਂ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸੋਰੀ ਫੋਰ ਦੈਟ, ਅੱਜ ਕੱਲ੍ਹ ਤਾਂ ਐਲਗਰਿਦਮ ਦੀ ਬੜੀ ਵੱਡੀ ਸਮੱਸਿਆ ਬਣ ਗਈ ਇੱਕ, ਇਹ 'ਚ ਅਸੀਂ ਮੈਂਟਲ ਹੈਲਥ 'ਚ ਕਹਿੰਦੇ ਹਾਂ, ਇਹਦੇ 'ਚ ਕੋਈ ਸਵਾਲ ਨਾ ਪੁੱਛਿਓ ਜੀ। ਤੁਸੀਂ ਇੱਕ ਵਾਰੀ ਪੁੱਛਿਆ ਤੁਹਾਨੂੰ, ਤੁਸੀਂ ਭੁੱਲ ਗਏ ਪਰ ਉਹਨੂੰ ਨਹੀਂ ਭੁੱਲਿਆ, ਤੁਸੀਂ ਫੇਸਬੁੱਕ ਖੋਲੋਗੇ ਉੱਥੇ ਵੀ ਮੈਸੇਜ ਉਹੀ ਆਏਗਾ। ਤੁਸੀਂ ਪੁੱਛ ਲਿਆ ਵੀ ਓਕੇ ਹਾਊ ਟੂ ਕਾਊਂਟਰ ਡਿਪਰੈਸ਼ਨ, ਅੱਛਾ ਤੁਸੀਂ ਤਾਂ ਪਤਾ ਨਹੀਂ ਵੈਸੇ ਥੋਟ ਆਇਆ ਹੋਣਾ ਵੀ ਉਦਾਸ ਜੇ ਬੈਠੇ ਸੀ, ਚੱਲ ਪੁੱਛ ਲਿਆ, ਮਤਲਬ ਸੀਰੀ ਨੂੰ ਪੁੱਛ ਲਿਆ ਜਾਂ ਗੂਗਲ ਨੂੰ ਪੁੱਛ ਲਿਆ, ਅਤੇ ਤੁਸੀਂ ਤਾਂ ਭੁੱਲ ਗਏ। ਉਹਨੇ ਥੋੜ੍ਹਾ ਭੁੱਲਣਾ, ਉਹਨੇ ਕਹਿਣਾ ਬੰਦਾ ਲੱਗਦਾ ਇਹੋ ਜਿਹੀ ਚੀਜ਼ ਸੀਕ ਕਰ ਰਿਹਾ, ਉਹਨੇ ਪਿੱਛੇ ਸਾਰੇ ਨੂੰ ਮੈਸੇਜ ਦੇ ਦਿੱਤਾ। ਤੁਸੀਂ ਫੇਸਬੁੱਕ ਖੋਲ੍ਹੀ ਉੱਥੇ ਵੀ ਸਾਹਮਣੇ ਯੂ ਨੋ ਡਿਪਰੈਸ਼ਨ ਐਕਚੁਲੀ ਮੈਡੀਸਨਸ ਕਲੀਨਿਕ ਕਾਊਂਸਲਿੰਗ ਰਿਲੇਟਡ ਇਨਫੋਰਮੇਸ਼ਨ ਆਲ ਦੈਟ, ਮਤਲਬ ਤੁਹਾਨੂੰ ਇਨਫੋਰਮੇਸ਼ਨ ਲਗਾ, ਤੁਸੀਂ ਨਹੀਂ ਵੀ ਹੈਗੇ ਨਾ ਤਾਂ ਤੁਹਾਨੂੰ ਅਗਲੇ ਦਿਨ ਤਾਂ ਉਹਨਾਂ ਕਰ ਦੇਣਾ ਵੀ ਹਾਂ ਤੂੰ ਇਸ ਰੂਪ ਦੇ 'ਚ ਹੋਏਗਾ। ਹਾਲਾਂਕਿ ਐਥੀਕਲ ਲੈਵਲ 'ਤੇ ਵੀ ਇਹਦੀ ਗੱਲ ਬੜੀ ਹੋ ਰਹੀ ਹੈ ਕਿ ਐਥਿਕਸ ਅਲਾਓ ਕਰਦੇ, ਜਿਵੇਂ ਸਪੋਜ਼ ਕਰੋ ਸੁਸਾਈਡ ਬਾਰੇ ਇੰਨੇ ਬਾਰੇ ਲੋਕ ਕਈ ਇਨਫੋਰਮੇਸ਼ਨ ਪੁੱਛਣ ਲੱਗ ਜਾਂਦੇ, ਉਹ ਇਹੋ ਜਿਹੀ ਇਨਫੋਰਮੇਸ਼ਨ ਆਉਂਦੀ ਜਿਹੜੀ ਬਹੁਤ ਡਿਸਟਰਬਿੰਗ ਹੁੰਦੀ। ਖੈੜੀ ਟੂਕ ਮਾਤਰ ਬੇਨਤੀ ਕਰ ਰਿਹਾ ਉਹਦੇ 'ਚ, ਉਹ 'ਚ ਹੋਇਆ ਕਿ ਜਦੋਂ ਇੱਧਰੋਂ ਉੱਧਰੋਂ ਸਾਰੇ ਥੋਟ ਆਏ ਬਿਨਾਂ ਕਿਸੇ ਫਿਲਟਰ ਕੀਤੇ ਆ, ਖਾਸ ਕਰਕੇ ਯੰਗ ਬੱਚੇ ਆ ਅਤੇ ਸਮਟਾਈਮ ਟਰਾਈ ਟੂ ਰੀਡ ਫਿਊ ਸਟੱਫ ਐਂਡ ਸਪੈਸੀਫਿਕਲੀ ਸੱਚ ਐਜ਼ ਇਨ ਇੰਡੀਅਨ ਸਬਕੋਂਟੀਨੈਂਟ ਵੈਨ ਵੀ ਵਰ ਸਟੂਡੈਂਟ, ਮੋਸਟ ਆਫ ਦਾ ਟਾਈਮ ਆਵਰ ਐਕਚੁਲੀ ਕਲਾਸਮੇਟਸ ਦੇ ਵਰ ਟਰਾਇੰਗ ਟੂ ਸਟੱਡੀ ਔਰ ਰੀਡ ਦਾ ਬੁੱਕਸ ਔਫ ਓਸ਼ੋ, ਟਰਾਇੰਗ ਟੂ ਰੀਡ ਦਾ ਬੁੱਕਸ ਔਫ ਸਮ ਸੋਰਟ ਆਫ ਯੂ ਕੈਨ ਸੀ ਦੀਸ ਕਾਇੰਡ ਆਫ ਸਕੋਲਰਸ। ਉਹ ਨੋ ਡਾਊਟ ਉਹ ਬੁੱਕਸ ਪੜ੍ਹਨ 'ਚ ਕੋਈ ਹਰਜਾ ਨਹੀਂ ਹੈਗਾ, ਪਰ ਉਸ ਨੂੰ ਸਾਡੇ ਪ੍ਰੋਫੈਸਰ ਸਾਹਿਬ ਕਹਿੰਦੇ ਹੁੰਦੇ ਸੀਗੇ ਪਹਿਲਾਂ ਆਪਣੇ ਆਪ ਨੂੰ ਬਿਲਟ ਕਰ ਲਓ ਤਾਂ ਕਿ ਤੁਹਾਨੂੰ ਕੋਈ ਤੁਹਾਡੀ ਕੋਈ ਗਰੂਮਿੰਗ ਨਾ ਕਰ ਸਕੇ। ਯੂ ਨੋ ਦੇ ਟੂ ਵਰਡਸ ਵੀ ਯੂਜੁਅਲੀ ਯੂਜ਼, ਵਨ ਇਜ਼ ਮੈਂਟਰ, ਸੈਕਿੰਡ ਇਜ਼ ਗਰੂਮਿੰਗ। Mentoring is a good word, positive word. Mentoring mean someone just guide you to be yourself and use your strength in a positive way. That is called mentoring. And grooming means someone is trying to change you in his or her own world. And your energy, they're gonna actually, you can say, use in their own kind of benefits. That's called grooming. So, ਇਹਨਾਂ ਦੋਨਾਂ 'ਚ ਬੜਾ ਵੱਡਾ ਫਰਕ ਹੈ। ਇੱਕ ਏਜ ਦਾ ਪੜਾਅ ਹੁੰਦਾ ਜਿਸ 'ਚ ਪੋਸੀਬਿਲਿਟੀ ਹੈ, ਅਤੇ ਵੈਸੇ ਅਧਿਆਤਮ ਤਲ ਦੇ ਉੱਤੇ ਸਾਡੀ ਬਹੁਤ ਹੀ ਵਾਰੀ ਮੈਂਟਰਿੰਗ ਘੱਟ ਹੁੰਦੀ, ਗਰੂਮਿੰਗ ਹੋ ਜਾਂਦੀ ਹੈ। ਲੋਕ ਮਤਲਬ ਇਸ ਤਰੀਕੇ ਦੇ ਨਾਲ ਅੱਖਾਂ ਬੰਦ ਕਰਕੇ ਅੰਧ ਵਿਸ਼ਵਾਸੀ ਹੋ ਕੇ ਤੁਰ ਪੈਂਦੇ ਨੇ ਕਿ ਪੁੱਛੋ ਹੀ ਕੁਛ ਨਾ, ਧੜੇ ਬਣ ਕੇ ਲੜ ਪੈਂਦੇ ਥੋਟਸ ਦੇ ਉਹਨਾਂ ਰੂਪ ਦੇ ਵਿੱਚ, ਇਸ ਤਰੀਕੇ ਦੀਆਂ ਪ੍ਰਵਿਰਤੀਆਂ ਆ ਜਾਂਦੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਨਜ਼ਮ ਦਾ ਉਹ ਹਿੱਸਾ ਜਿਹੜਾ ਬਿਆਨ ਕਰ ਰਹੇ ਸੀ, ਉਹ ਕਹਿੰਦੇ ਬਿਲਕੁਲ ਇਹੋ ਜਿਹੀ ਹਾਲਤ ਬਣੀ, ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਸੀ ਭਰਿਆ ਭਰਿਆ ਵੇ ਕੋਈ ਨਹੀਂ, ਮੈਨੂੰ ਤਾਂ ਬਹੁਤ ਪਤਾ ਆ, ਤੂੰ ਮੈਨੂੰ ਦੱਸ ਨਾ, ਮੇਰੇ ਤੋਂ ਸੁਣ, ਮੈਂ ਦੱਸਦਾ ਤੈਨੂੰ, ਕਿਆ ਭਰਿਆ ਵੇਖ ਅਫਰਿਆ, ਮੈਂ ਸਾਂ ਸੋਚਾਂ ਗਿਆਨੀ ਬਣਿਆ, ਟਿਕੇ ਨਾ ਪੈਰ ਜ਼ਮੀਨ 'ਤੇ ਮੇਰਾ ਉੱਚਾ ਹੋ ਤੁਰਿਆ। ਪਰ ਹੋਇਆ ਕਿ ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਤਰਿਆ, ਜੋ ਤੁਸੀਂ ਮੱਥਾ ਟੇਕਦੇ ਆ ਕੇ ਇੱਕ ਦਿਨ ਸਿਰ ਦਾ ਭਾਂਡਾ ਚੱਕਿਆ ਅਤੇ ਆ ਕੇ ਗੁਰੂ ਦੇ ਸਾਹਮਣੇ ਰੱਖਿਆ ਵੀ ਆਹ ਗੁਰੂ ਸਾਹਿਬ ਆ ਰੱਖਿਆ ਕਚਕੋਲ ਤੇਰੇ ਸਾਹਮਣੇ। ਕਹਿੰਦੇ ਜਿਵੇਂ ਗੁਰੂ ਨੇ ਮੇਰਾ ਭਾਂਡਾ ਦੇਖਿਆ ਨਾ ਸਿਰ ਵਾਲਾ, ਉਹਨੇ ਕਿਹਾ ਓਏ ਕੀ ਇਕੱਠਾ ਕਰੀ ਬੈਠਾ ਸਾਰਾ ਕੁਛ, ਕਿਆ ਇੱਕ ਦਿਨ ਇੱਕ ਚਕੋੜ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਹਿ ਉਸ ਉਲਟਾਇਆ। ਉਹਨੇ ਕਿਹਾ ਸਾਰੀ ਦੁਨੀਆ ਦੀ ਜੂਠ ਚੱਕੀ ਫਿਰਦਾ ਹੋਏ ਲਾ ਇਹਨੂੰ ਸਾਰੇ ਨੂੰ। ਕਹਿੰਦੇ ਖਾਲੀ ਸਾਰਾ ਕਰਿਆ, ਉਹਨੇ ਸਾਰੀ ਜੂਠ ਕੱਢੀ ਵਿੱਚੋਂ, ਸਾਰੇ ਦੇ ਵਿੱਚ ਉਹਨੂੰ ਕਿਹਾ ਵੀ ਇਹਨੂੰ ਕੱਢ ਦੇ ਬਾਹਰ। ਕਹਿੰਦੇ ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਹਿ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਕਹਿੰਦੇ ਵੇਖੋ ਇਹ ਕਚਕੋਲ ਲਿਸ਼ਕਿਆ, ਵਾਂਗ ਕਮਲ ਦੇ ਖਿੜਿਆ। ਕਹਿੰਦੇ ਜਿਵੇਂ ਗੁਰੂ ਨੇ ਉਲਟਾਇਆ ਨਾ ਸਾਰਾ ਅਤੇ ਵਿੱਚੋਂ ਕੱਢਿਆ, ਉਹ ਐਨ ਲਿਸ਼ ਗਿਆ ਅਤੇ ਕੌਲ ਦੇ ਵਾਂਗੂ ਖਿੜ ਗਿਆ। ਮੀਨ ਬੀ ਯੋਰ ਸੈਲਫ, ਜਦੋਂ ਬੀ ਯੋਰ ਸੈਲਫ ਹੋ ਗਏ ਦੈਨ ਯੂ ਗੋਨਾ ਬੀ ਰੀਅਲ ਬੀਂਗ ਐਂਡ ਦੈਟ ਟਾਈਮ ਯੂਅਰ ਮਤ ਗੋਨਾ ਵਰਕ ਇਨ ਏ ਪ੍ਰੋਪਰ ਮੈਨਰਸ।
ਅਦਰਵਾਈਜ਼ ਸਾਡਾ ਇਨਫਲੂਐਂਸ ਹੈ ਸੱਜਿਓਂ ਖੱਬਿਓਂ ਆਇਆ ਹੋਇਆ, ਤਾਂ ਸਾਰਾ ਪਾਪ ਆ ਕੇ ਮਤ ਨੂੰ ਪਾਪਾਂ ਦੀ ਪ੍ਰਵਿਰਤੀ 'ਚ ਲੈ ਆਉਂਦਾ। ਕਿਆ ਭਰੀ ਹੈ ਮਤ ਪਾਪਾਂ ਕੈ ਸੰਗ, ਇਫ ਵਨਸ ਮਾਇੰਡ ਗੈਟ ਫਿਲਡ ਵਿਦ ਦਾ ਸਿੰਸ। ਮੈਂ ਯਸਟਰਡੇ ਵੀ ਕਿਹਾ ਸੀਗਾ ਕਿ ਇਹ ਵਰਡ ਯੂਜ਼ ਕਰਨਾ ਪਏਗਾ, ਕਿਉਂਕਿ ਇਸ ਤੋਂ ਬਿਨਾਂ ਅਸੀਂ ਲਿਟਰਲੀ ਟਰਾਂਸਲੇਟ ਨਹੀਂ ਕਰ ਸਕਦੇ ਇਸ ਨੂੰ। ਉਹ ਧੁੱਪ ਹੈ ਨਾਵੇਂ ਕਹਿ ਰੰਗ, ਉਹ ਫਿਰ ਨਾਮ ਦੇ ਰੰਗ, ਰੰਗ ਦਾ ਮਤਲਬ ਪ੍ਰੀਤ ਆ। ਵੈਸੇ ਬਾਣੀ 'ਚ ਬਹੁ ਅਰਥੀ ਸ਼ਬਦ ਆ, ਅਸੀਂ ਇਹਨੂੰ ਕਈ ਮਾਇਨਿਆਂ 'ਚ ਪੜ੍ਹਦੇ ਹਾਂ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਠਾਕੁਰ ਗਾਈਏ ਆਤਮ ਰੰਗ, ਵਾਹਿਗੁਰੂ ਦਾ ਅਹਿਸਾਸ ਕਰੋ ਆਤਮ ਰੰਗ ਹੋ ਕੇ, ਆਤਮ ਸਾਥ ਹੋ ਕੇ ਉਹਦੇ 'ਚ, ਜਾਂ ਲਾਲ ਰੰਗ ਤੇ ਜਿਵੇਂ ਕਿਹਾ ਪਾਰ ਜਾਤ ਗੋਪੀ ਲਿਆ, ਜਾਂ ਬਿੰਦਰਾਬਨ ਮੈਂ ਰੰਗ ਕੀ ਆ, ਉਸ ਰੰਗ ਅਤੇ ਇਸ ਰੰਗ ਦਾ ਬਿਲਕੁਲ ਦਿਨ ਰਾਤ ਦਾ ਫਰਕ ਹੈ। ਉਸ ਰੰਗ ਦਾ ਮਤਲਬ ਹੈ ਜਿਹਨੂੰ ਕਿਹਾ ਕਿ ਮਤਲਬ ਮਹਾਰਾਜ ਕਹਿੰਦੇ ਰੰਗ ਰਲੀਆਂ ਦੇ ਵੀ ਰੂਪ ਵਿੱਚ ਗਲਤਾਨ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਰੰਗ ਰਲੀਆਂ, ਮਤਲਬ ਇਸ ਕਿਸਮ ਦੀ ਭੋਗ ਬਿਲਾਸ ਦੀ ਬਿਰਤੀ 'ਚ ਖਤਮ ਹੋ ਜਾਣਾ, ਉਹਦੀ ਬਾਤ ਕੀਤੀ। ਉਸ ਰੂਪ ਵਿੱਚ ਕਿਹਾ ਗਿਆ, ਇੱਥੇ ਜਿਹੜਾ ਬਚਨ ਹੈ ਇਹ ਬੜਾ ਪੋਜ਼ਿਟਿਵ ਆ, ਇਹ ਹੈ ਪਿਆਰ, ਰੰਗ ਲੱਗ ਜਾਣਾ ਕਿਸੇ ਅਹਿਸਾਸ ਦੇ, ਉਸ ਰੰਗ ਉਸ ਵਿੱਚ ਚੀਜ਼ 'ਤੇ ਰੱਤੇ ਜਾਣਾ, ਜਿਹਦੇ ਤੋਂ ਬਾਅਦ ਬੰਦੇ ਨੂੰ ਕੋਈ ਐਫਰਟ ਨਾ ਪਾਉਣੀ ਪਏ। ਪਰ ਮਤਲਬ ਸਪੋਜ਼ ਤੁਸੀਂ, ਮੈਂ ਬੀਤੇ ਕੱਲ੍ਹ ਇਗਜ਼ਾਮਪਲ ਕਰ ਰਿਹਾ, ਜਿਵੇਂ ਕੋਈ ਬੁੱਕ ਆ, ਤੁਸੀਂ ਉਸਨੂੰ ਪੜ੍ਹਨ ਲੱਗੋ ਅਤੇ ਉਸਨੂੰ ਪੜ੍ਹਦਿਆਂ ਹੋਇਆਂ ਤੁਹਾਨੂੰ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਬਿਲਟ ਹੋ ਜਾਵੇ ਤੁਹਾਡੀ, ਤੁਹਾਨੂੰ ਲੱਗੇ ਬਹੁਤ ਕੀਮਤੀ ਚੀਜ਼ ਆ, ਸਮਥਿੰਗ ਕਨਵਿੰਸ ਯੂ ਵੈਰੀ ਡੀਪਲੀ, ਦੈਟ ਇਜ਼ ਕਾਲਡ ਯੂਅਰ ਅਫੈਕਸ਼ਨ, ਯੂ ਕਾਇੰਡ ਆਫ ਲਵ ਟੂਵਰਡ ਸਮਥਿੰਗ। ਜਦੋਂ ਕੋਈ ਚੀਜ਼ ਤੁਹਾਨੂੰ ਬਹੁਤ ਡੀਪਲੀ ਕਨਵਿੰਸ ਕਰ ਜਾਏ ਕਿ ਇਹ ਬਹੁਤ ਯੂਜ਼ਫੁੱਲ ਹੈ ਮੇਰੇ ਵਾਸਤੇ, ਅਤੇ ਇਹਦੇ ਲਈ ਇਹ ਕਿਤੇ ਕੁਦਰਤ ਬਖਸ਼ਿਸ਼ ਕਰਦੀ ਹੈ। ਮਤਲਬ ਕਿਸੇ ਦੀ ਸੰਗਤ ਤੁਹਾਨੂੰ ਬੜੀ ਪਿਆਰੀ ਲੱਗਦੀ ਹੈ, ਕਿਸੇ ਦੀ ਸੰਗਤ ਤੁਹਾਨੂੰ ਲੱਗਦਾ ਵਾ ਦੇਖ ਕੇ ਲੱਗਦਾ ਲੈ ਅੱਜ ਫਿਰ ਇਹ ਦਿਸ ਗਿਆ ਸਾਹਮਣੇ, ਇਹਨੂੰ ਹੈਲੋ ਕਰਨੀ ਪਏਗੀ, ਓ ਮਾਈ ਗੋਡ। ਅਤੇ ਕੋਈ ਦੂਰੋਂ ਦਿਸ ਜੇ ਬੰਦੇ ਨੂੰ ਚਾਅ ਚੜ੍ਹ ਜਾਂਦਾ, ਚਲੋ ਗੱਲਾਂ ਕਰਦੇ ਹਾਂ ਦੋ ਚਾਰ, ਪਿਆਰ ਐਗਜੈਕਟਲੀ ਇਹੋ ਚੀਜ਼ ਹੁੰਦੀ। ਬੱਚਾ ਆ ਜੇ ਉਹਨੂੰ ਸਪੋਜ਼ ਕਰੋ ਸਕੂਲ ਦੀ ਕੋਈ ਲਗਨ ਆ, ਉੱਠਿਆ ਬਸ ਭੱਜ ਰਿਹਾ ਚਾਹ ਦੇ ਨਾਲ, ਉਹੀ ਬੱਚਾ ਆ ਉਹਨੂੰ ਪਤਾ ਲੱਗਿਆ ਅੱਛਾ ਮੰਡੇ ਆ ਸਕੂਲ ਜਾਣਾ ਪਏਗਾ, ਓ ਮਾਈ ਗੋਡ। ਉਹ ਰਾਈਟ ਵੇ ਜੋ ਉਹਨੂੰ ਉਠਾਉਣ ਵਾਸਤੇ ਵੀ ਜਾਏਗਾ, ਕਹੇਗਾ ਯੂ ਨੋ ਆਈ ਐਮ ਨੋਟ ਫੀਲਿੰਗ ਵੈਲ, ਕੀ ਹੋਇਆ ਮੇਰਾ ਢਿੱਡ ਦੁੱਖ ਰਿਹਾ, ਮੇਰਾ ਸਿਰ ਦੁੱਖ ਰਿਹਾ, ਮਤਲਬ ਇਹਦੀ ਕੋਈ ਚਾਹ ਨਹੀਂ। ਹਾਂ ਉਹਨੂੰ ਕਿਹਾ ਜਾ ਨਹੀਂ ਨਹੀਂ ਸਕੂਲ ਨਹੀਂ ਹੈਗਾ, ਜੇ ਵੰਡਰਲੈਂਡ ਜਾਣਾ, ਰਾਈਟ ਵੇ ਛਾਲ ਮਾਰੀ, ਆਈ ਵਾਜ਼ ਜਸਟ ਪ੍ਰਟੈਂਡਿੰਗ ਇਟ, ਆਈ ਐਮ ਟੋਟਲੀ ਹੈਪੀ, ਮੇਨ ਵੰਡਰਲੈਂਡ ਜਲਾ, ਇਹਨੂੰ ਉਹਦੇ ਨਾਲ ਸਨੇਹ ਆ, ਉਹਦੇ ਨਾਲ ਇਹਨੂੰ ਉਹ ਚੰਗਾ ਲੱਗਦਾ ਹੈ। ਰੰਗ ਇਹ ਹੈ, ਜਦੋਂ ਆਪਾਂ ਕਿਸੇ ਹਾਇਰ ਲੈਵਲ ਦੇ ਸਕੂਲ ਆਫ ਥਾਟ ਨਾਲ, ਤਾਂ ਫਿਰ ਬੇਨਤੀ ਕਰਾਂਗਾ, ਜਿਹੜੀ ਇਹ ਕਨਵੈਂਸਿੰਗ ਪਾਵਰ ਆ, ਇਹ ਬਹੁਤ ਸਾਰੀਆਂ ਚੀਜ਼ਾਂ ਨਾਲ ਮੈਚ ਕਰਕੇ ਆਉਂਦੀ ਹੈ। ਬਾਣੀ 'ਚ ਬੜੀ ਸੰਗਤ ਦੀ ਗੱਲ ਕੀਤੀ ਗਈ ਹੈ, ਇਸ ਸੰਗਤ ਦਾ ਅਸਰ ਅਸਰਾਰ ਹੁੰਦਾ। ਤੁਹਾਨੂੰ ਸਪੋਜ਼ ਕਰੋ ਕੋਈ ਸ਼ਖਸ ਆ, ਮੈਂ ਲਿਟਰਲੀ ਤੌਰ 'ਤੇ ਤੁਹਾਡੇ ਸਾਹਮਣੇ ਬਾਤ ਕਰ ਦਿੰਦਾ, ਮੈਨੂੰ ਯਾਦ ਆ ਐਨ ਆਈ ਵਾਜ਼ ਇਨ ਗ੍ਰੇਡ 7 or 8 ਆਈ ਥਿੰਕ, ਐਂਡ ਸਮਵਨ ਐਕਚੁਲੀ ਕੇਮ ਇਨ ਆਵਰ ਜਸਟ, ਘਰ ਕੋਈ ਸ਼ਖਸ ਆਇਆ ਹਾਊਸ ਹੋਲਡ ਦੇ ਵਿੱਚ, ਅਤੇ ਵੈਸੇ ਬੈਠਿਆਂ ਗੱਲ ਹੋ ਰਹੀ ਹੈ, ਅਤੇ ਉਹਦੇ ਬਾਰੇ ਇੱਕ ਰਾਏ ਬਣਾਈ ਗਈ ਕਿ ਇਹ ਬੰਦੇ ਦੀਆਂ ਗੱਲਾਂ ਬਹੁਤ ਵਧੀਆ ਨੇ, ਇਹ ਬੜਾ ਸਮਝਦਾਰ ਬੰਦਾ। ਅਤੇ ਉਹ ਆ ਕੇ ਕੀ ਕਹਿ ਰਿਹਾ, ਉਹ ਕਹਿ ਰਿਹਾ ਵੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜੇ, ਐਵੇਂ ਬਹੁਤਾ ਪੜ੍ਹ ਕੇ ਕੋਈ ਫਾਇਦਾ ਨਹੀਂ, ਨਿਆਣੇ ਨੂੰ ਕੋਈ ਕੰਮ ਕੁੰਮ ਸਿਖਾਓ, ਕਿਸੇ ਦੁਕਾਨ 'ਤੇ ਬਿਠਾਓ, ਕੋਈ ਇਹੋ ਜਿਹਾ, ਉਸ ਤਰੀਕੇ ਨਾਲ ਉਹ ਛੇਤੀ ਪੈਸੇ ਕਮਾਉਣ ਲੱਗ ਜਾਏਗਾ ਅਤੇ ਉਹ ਵਧੀਆ ਹੋ ਜਾਏਗਾ ਸਾਰਾ ਕੁਝ। ਆਈ ਸਟਿਲ ਰਿਮੈਂਬਰ, ਮੈਨੂੰ ਉਹਦੀ ਗੱਲ ਇੰਨੀ ਅਪੀਲਿੰਗ ਲੱਗੀ, ਮੈਂ ਕਿਹਾ ਬਹੁਤ ਵਧੀਆ ਗੱਲ ਹੈ ਬਈ, ਇਹਨੇ ਕਮਾਲ ਕਰਤੀ, ਇਹ ਤਾਂ ਬਿਲਕੁਲ ਠੀਕ ਹੈ, ਫਾਇਦਾ ਹੀ ਕੋਈ ਨਹੀਂ ਪੜ੍ਹਨ ਦਾ, ਕੰਮ ਸਿੱਖੇ ਕੋਈ ਬੰਦਾ ਇਸ ਤਰੀਕੇ ਨਾਲ ਕਰੇ, ਉਹ ਕੰਟਰੀਬਿਊਟ ਕਰੇ ਸਾਰਾ ਕੁਝ। ਅੱਛਾ ਥੋਟ ਪਤਾ ਨਹੀਂ ਕਿੰਨੇ ਚਿਰ ਚੱਲਦਾ ਰਿਹਾ ਸੁਰਤ 'ਚ, ਉਹ ਹੌਲੀ ਹੌਲੀ ਕਰਕੇ ਐਲੀਮੀਨੇਟ ਹੋਇਆ। ਮੈਂ ਹੁਣ ਅਹਿਸਾਸ ਦਾ ਜੇ ਕਿਤੇ ਉਹ ਐਗਜੀਕਿਊਟ ਹੋ ਜਾਂਦਾ, ਸੋਚ ਕੇ ਦੇਖੋ, ਮਤਲਬ ਇਹ ਚੀਜ਼ ਆ, ਕੋਈ ਚੀਜ਼ ਕਨਵਿੰਸ ਕਰ ਗਈ ਡੀਪਲੀ। ਹੁਣ ਜਿਵੇਂ ਸਪੋਜ਼ ਕਰੋ ਸਾਡੇ ਵਾਸਤੇ ਕਿਹਾ ਗਿਆ ਬਾਣੀ, ਬੰਦਾ ਪੜ੍ਹੇ ਕਰੇ, ਐਨਰਜੀ ਆ, ਫਿਰ ਬੇਨਤੀ ਕਰਾਂਗਾ,
ਕੀ ਕਰੋਗੇ? ਬੰਦਾ ਕਹਿੰਦਾ ਕੁਛ ਨਹੀਂ ਮਿਲੇਗਾ ਇਹ 'ਚੋਂ। ਮੈਂ ਕਿਹਾ ਟੀ ਵੀ ਵੇਖ ਕੇ ਕੀ ਮਿਲਦਾ? ਸੋਰੀ ਫਰ ਦੈਟ, ਲਿਟਰਲੀ ਤੌਰ 'ਤੇ ਆ ਬੈਠ ਕੇ ਜਦੋਂ ਗੱਪਾਂ ਆਖਦੇ ਹਾਂ ਹੈ ਨਾ, ਘੰਟਿਆਂ 'ਤੇ ਘੰਟੇ ਲੰਘ ਜਾਂਦੇ, ਕੀ ਮਿਲਦਾ? ਸਿਰਫ ਇੰਨਾ ਆ ਕਿ ਕਿਉਂਕਿ ਉਹ ਚੀਜ਼ ਕਨਵਿੰਸ ਕਰ ਗਈ ਸਾਨੂੰ। ਹਾਂ ਇਹ ਜ਼ਰੂਰ ਆ ਕਿਸੇ ਸੁਪਰਸਟੀਸ਼ੀਅਸ ਥੋਟ ਵਾਲੇ ਪਾਸੇ ਨਾ ਜਾਓ, ਪਰ ਬਾਣੀ ਇਸ ਤਰ੍ਹਾਂ ਪੜ੍ਹੋ, ਇਸ ਤਰ੍ਹਾਂ ਜਾਣੋ ਕਿ ਤੁਹਾਡੇ ਨਾ ਬਜ਼ੁਰਗਾਂ ਦੀ ਤੁਹਾਡੇ ਵਾਸਤੇ ਇੱਕ ਵਸੀਅਤ ਆ, ਅਤੇ ਉਹਨਾਂ ਇਹਦੇ 'ਚ ਬਹੁਤ ਕੁਝ ਛੁਪਾਇਆ ਆ ਇਸ ਵਸੀਅਤ ਦੇ ਵਿੱਚ, ਇਹ ਤੁਸੀਂ ਲੱਭਣਾ ਹੈ। ਦੈਨ ਦਾ ਵਿਨ ਵਿਨ ਸਿਚੁਏਸ਼ਨ, ਯੂ ਗੈਟ ਇਟ, ਤੁਹਾਨੂੰ ਉਹ ਪ੍ਰਾਪਤ ਹੋ ਗਏ ਇਸ ਰੂਪ ਵਿੱਚ। ਅਤੇ ਬਾਬਾ ਜੀ ਨੇ ਇਸੇ ਕਰਕੇ ਕਿਹਾ ਸੀਗਾ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਅੱਛਾ ਪੰਡ ਬੰਨ ਕੇ ਰੱਖੀ ਹੋਏ ਤਾਂ ਲਿਟਰਲੀ ਤੌਰ 'ਤੇ ਪੰਡਾਂ ਬੱਜੀਆਂ ਅਸੀਂ ਵੇਖੀਆਂ ਨੇ, ਲਿਟਰਲੀ ਰੂਪ ਵਿੱਚ ਮੈਂ ਤੁਹਾਨੂੰ ਬੇਨਤੀ ਕਰ ਰਿਹਾ। ਇੱਕ ਐਗਜ਼ਾਮਪਲ ਕਰਕੇ ਬਚਨ 'ਤੇ ਵਾਪਸ ਆ ਜਾਓ ਨਾ, ਅਸੀਂ ਚੰਡੀਗੜ੍ਹ ਪੜ੍ਹਦੇ ਸੀ, ਸੈਕਟਰ 4 ਦੀ ਡਿਫੈਂਸ ਕਲੋਨੀ, ਬਹੁਤ ਵੱਡਾ ਆਲੀਸ਼ਾਨ ਗੁਰਦੁਆਰਾ, ਬਹੁਤ ਆਉਣਾ ਜਾਣਾ ਉੱਥੇ ਸਾਡਾ ਹੋਣਾ, ਉੱਥੇ ਗਿਆਨੀ ਜੀ ਹੁੰਦੇ ਸੀ, ਬੜੀ ਪ੍ਰੀਤ ਹੁੰਦੀ ਸੀ ਉਹਨਾਂ ਨਾਲ, ਅਤੇ ਉਸ ਵੈਸੇ ਵੀ ਅਤੇ ਕਮੇਟੀ ਵੀ ਬਹੁਤ ਬਹੁਤ ਪੜ੍ਹੇ ਲਿਖੇ ਰਿਟਾਇਰਡ ਆਰਮੀ ਆਫਿਸਰ ਸੀਗੇ ਜਿਨ੍ਹਾਂ ਦੀ ਕਮੇਟੀ, ਉਹਨਾਂ ਨੇ ਬਹੁਤ ਸਪੋਰਟ ਕਰਨੀ ਸਾਨੂੰ ਐਜ਼ ਏ ਸਟੂਡੈਂਟ ਉੱਥੇ। ਅਤੇ ਹੋਇਆ ਇਹ ਹੋਣਾ ਇਹ ਕਿ ਉੱਥੇ ਬੜੀ ਵੱਡੀ ਲਾਇਬ੍ਰੇਰੀ ਸੀ, ਅਤੇ ਅਕਸਰ ਲਾਇਬ੍ਰੇਰੀ ਵਾਸਤੇ ਨਾ ਸਮਾਨ ਆ ਜਾਣਾ ਖੂਬ ਸਾਰਾ ਘਰਾਂ ਤੋਂ, ਅਤੇ ਉਹਨਾਂ ਨੇ ਚੱਕ ਕੇ ਕਈ ਵਾਰੀ ਐਵੇਂ ਰੱਦੀ 'ਚ ਚੁਕਾ ਦੇਣਾ। ਇੱਕ ਵਾਰੀ ਕੀ ਹੋਇਆ ਕਿ ਇੱਕ ਸ਼ਖਸ ਰੱਦੀ ਵਾਲਾ ਆਇਆ ਅਤੇ ਉਹ ਸਮਾਨ ਛੱਡ ਗਿਆ ਉੱਥੇ, ਰੱਦੀ ਵਾਲਾ ਸਮਾਨ ਛੱਡ ਗਿਆ, ਅਤੇ ਉਹ ਮੈਨੂੰ ਯਾਦ ਆ ਮਿਸਟਰ ਰੰਗੀ ਹੁੰਦੇ ਸੀਗੇ ਉਹ ਪ੍ਰੈਜ਼ੀਡੈਂਟ ਉੱਥੇ, ਅਤੇ ਉਹਨਾਂ ਨੇ ਅਸੀਂ ਬਾਈ ਚਾਂਸ ਮੱਥਾ ਟੇਕ ਲਈ ਅੰਦਰ ਜਾ ਰਹੇ, ਅਤੇ ਉਹਨੇ ਆਵਾਜ਼ ਮਾਰੀ ਸਾਨੂੰ, ਆਵਾਜ਼ ਮਾਰ ਕੇ ਉਹਨੇ ਕਹੋ ਬੱਚਿਓ ਉਰੇ ਆਓ, ਇੱਥੇ ਕੁਝ ਕਿਤਾਬਾਂ ਨੇ ਦੇਖੋ, ਲਾਇਬ੍ਰੇਰੀ ਦੇ ਕੰਮ ਆਉਣ ਵਾਲੀਆਂ ਲਾਇਬ੍ਰੇਰੀ 'ਚ ਰੱਖ ਲਓ, ਅਤੇ ਜੇ ਤੁਹਾਡੇ ਕੋਈ ਕੰਮ ਆਉਣ ਵਾਲੀਆਂ ਤਾਂ ਤੁਸੀਂ ਲੈ ਲਓ। ਅਤੇ ਸਾਨੂੰ ਚਾਹ ਚੜ੍ਹ ਗਿਆ, ਮਤਲਬ ਬੁੱਕਸ ਦੀ ਅੱਜ 'ਤੇ ਵੈਲਿਊ ਕੋਈ ਨਾ ਰਹਿ ਗਈ ਇਹਨਾਂ ਬੱਚਿਆਂ ਨੂੰ, ਮਾਫੀ ਚਾਹਾਂਗਾ ਪਤਾ ਨਹੀਂ ਹੈਗਾ ਇਹਨਾਂ ਨੂੰ, ਸਾਨੂੰ ਪੁੱਛੋ ਬੁੱਕਸ ਦੀ ਵੈਲਿਊ ਕੀ ਹੁੰਦੀ। ਮੈਨੂੰ ਅਜੇ ਵੀ ਯਾਦ ਹੈ ਬੁੱਕਸ ਦੇ ਸਾਹਮਣੇ ਸਟਾਲ ਦੇ ਸਾਹਮਣੇ ਖੜ੍ਹੇ ਹੋ ਕੇ ਦੇਖਣਾ, ਅੱਛਾ ਇਹ ਹੈਗੀ ਹੈ 50 rupees ਦੀ ਐਂਡ ਆਈ ਹੈਵ 35 rupees ਐਂਡ ਨਾਓ ਸਟਿਲ ਆਈ ਨੀਡ 15 more rupees, ਸੋ ਆਈ ਵਿਲ ਵੇਟ ਫਿਊ ਮੋਰ ਡੇਜ਼ ਐਂਡ ਜਦੋਂ ਕਿਤੇ ਥੋੜ੍ਹੀ ਬਹੁਤੀ ਪੋਕਿਟ ਮਨੀ ਆਈ ਦੈਨ ਆਈ ਵਿਲ ਬਾਏ ਇਟ। ਇਸ ਤਰੀਕੇ ਨਾਲ ਅਸੀਂ ਮਤਲਬ ਕਿਤਾਬਾਂ ਜਿਹੜੀਆਂ ਬਾਏ ਕਰਕੇ ਪੜ੍ਹਦੇ ਹੁੰਦੇ, ਉਹ ਸਾਨੂੰ ਕਿਤਾਬਾਂ ਦੀ ਪੰਡਾਂ ਬੱਜੀਆਂ ਮਿਲ ਰਹੀਆਂ ਨੇ। ਉਹ ਜਦੋਂ ਅਸੀਂ ਖੋਲ੍ਹੀ ਉਸ ਰੂਪ ਦੇ ਵਿੱਚ, ਤਾਂ ਉਹ ਪਤਾ ਲੱਗਾ ਵੀ ਇਹਦੇ ਵਿੱਚ ਬਹੁਤ ਸਾਰੀਆਂ ਪੋਥੀਆਂ ਨੇ। ਉਹ ਰੱਦੀ ਵਾਲਾ ਕਹਿੰਦਾ ਵੀ ਮੇਰੇ ਮੈਨੂੰ ਉਹਨਾਂ ਰੱਦੀ 'ਚ ਕਾਤੀ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਮੈਂ ਬਾਕੀ ਸਾਰਾ ਕੁਝ ਤਾਂ ਲੈ ਜਾਵਾਂਗਾ, ਇਹਦੇ 'ਚ ਕੋਈ ਗੁਰਮੁਖੀ ਲਿਖੀ ਹੈ ਐਂਡ ਆਈ ਡੋਂਟ ਵਾਂਟ ਟੂ ਬੀ ਗੈਟ ਇਨ ਟ੍ਰਬਲ, ਸੋ ਇਸ ਕਰਕੇ ਮੇਰਾ ਮੇਰੇ ਕੰਮ ਦਾ ਸਮਾਨ ਨਹੀਂ ਹੈ। ਉਹ ਕਹਿੰਦੇ ਇੱਕ ਕੰਮ ਕਰ, ਤੂੰ ਤੁਹਾਡੇ ਪੈਸੇ ਹੋਰ ਲੈ ਲੈ, ਤੂੰ ਜਿੱਥੇ ਇਹਨਾਂ ਦੇ ਕੰਮ ਦਾ ਸਮਾਨ ਇਹਨਾਂ ਕੋਲ ਛੱਡਿਆ। ਇਹ ਬੰਦੇ ਕੌਣ ਸੀਗੇ? ਬੰਦੇ ਸੀਗੇ ਕੁਵੈਤ ਤੋਂ, ਕੋਈ ਫੈਮਿਲੀ ਆਈ ਸੀ, ਉਹਨਾਂ ਦੇ ਬਜ਼ੁਰਗ ਰਹਿੰਦੇ ਸੀ ਇੱਥੇ ਚੰਡੀਗੜ੍ਹ ਸੈਕਟਰ 15 ਦੇ ਵਿੱਚ, ਉਹਨਾਂ ਦੀ ਡੈਥ ਹੋ ਗਈ ਅਤੇ ਹੁਣ ਉਹਨਾਂ ਨੇ ਉਹਨਾਂ ਸਾਰਾ ਸਮਾਨ ਚੁਕਾ ਕੇ ਅਤੇ ਕੋਠੀ ਨੂੰ ਰੈਨੋਵੇਟ ਕਰਨਾ ਆਪਣੇ ਤਰੀਕੇ ਨਾਲ, ਸੋ ਦੇ ਡੋਂਟ ਵਾਂਟ ਦੀਜ਼ ਕਾਇੰਡ ਆਫ ਥਿੰਗਸ। ਉਹ ਜਦੋਂ ਅਸੀਂ ਪੋਥੀਆਂ ਫੋਲੀ ਪੰਡਾਂ ਖੋਲ੍ਹੀਆਂ, ਉਹਦੇ ਵਿੱਚ ਪੱਥਰ ਦੇ ਛਾਪੇ ਦੀਆਂ ਪਹਿਲੀਆਂ ਦੋ ਪੋਥੀਆਂ, ਅੰਟੀਕ ਪੀਸ ਇੱਕ ਤਰੀਕੇ ਦੇ ਨਾਲ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਦੋ ਭਾਗ ਬਣਾਏ ਸੀ ਨਾ, ਉਹ ਵਾਲੇ ਪਹਿਲੀਆਂ ਦੇ ਵਿੱਚ ਪੱਥਰ ਦੇ ਛਾਪੇ ਕਰਨੇ, ਕਮਾਲ ਦੀ ਚੀਜ਼। ਹੋਰ ਇੰਨੀਆਂ ਪੋਥੀਆਂ, ਮਤਲਬ ਇੰਨੀਆਂ ਸਾਰੀਆਂ ਉਹਦੇ 'ਚ ਹੋਰ ਪੁਰਾਣਾ ਟ੍ਰੈਡੀਸ਼ਨਲ ਲਿਟਰੇਚਰ, ਪਰ ਫਿਰ ਸਾਨੂੰ ਮਤਲਬ ਅਸੀਂ ਉਹ ਸਾਰਾ ਫੋਲਦੇ ਅਤੇ ਸਾਨੂੰ ਯਾਦ ਆਉਂਦਾ ਵੀ ਪੀਓ ਦਾਦੇ ਕਾ ਕਿਤੇ ਖਜ਼ਾਨਾ, ਪੰਡ ਖੋਲ੍ਹ ਕੇ ਵੇਖ ਹੀ ਲੈਂਦਾ ਬੰਦਾ ਵੀ ਹੈ ਕੀ ਹੈ ਥੋੜ੍ਹਾ ਜਿਹਾ। ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਜਿਹਦਾ ਮੁੱਲ ਹੀ ਕੋਈ ਨਹੀਂ, ਬੇਸ਼ਕੀਮਤੀ ਦਾਤ ਆ। ਅੱਜ ਆਪਾਂ ਸਿੰਪਲ ਵੇ ਨਾਲ ਬਾਤ ਕਰਕੇ ਫਿਰ ਮੈਂ ਉਹ ਧੋਪੈ ਨਾਵੇਂ ਕਹਿ ਰੰਗ, ਮੱਤ ਦੇ ਵਿੱਚ ਪਈ ਹੋਈ ਵੱਡੀ ਤੋਂ ਵੱਡੀ ਅਲਾਮਤ ਨਾਮ ਦੇ ਰੰਗ ਦੇ ਨਾਲ ਲੈ ਜਾਏਗੀ, ਜਿਵੇਂ ਸਾਬਣ ਲਾਇਆ ਸਭ ਚੀਜ਼ਾਂ ਲੈ ਜਾਂਦੀਆਂ, ਉਸ ਰੂਪ ਵਿੱਚ ਲੈ ਲਈ ਜਾਏ ਬਾਤ। ਅੱਜ ਐਂਗਰ ਮੈਨੇਜਮੈਂਟ 'ਤੇ ਬਹੁਤ ਵੱਡਾ ਮਤਲਬ ਸਟਰਗਲ ਹੋ ਰਹੀ ਹੈ, ਈਵਨ ਅਗਰੈਸ਼ਨ
ਐਂਗਰ ਤੋਂ ਆਉਂਦਾ, ਰੂਟ ਐਂਗਰ ਹੈ, ਅਤੇ ਉਹਨੂੰ ਅਸੀਂ ਡੈਮੋਸਟ੍ਰੇਸ਼ਨ ਅਗਰੈਸ਼ਨ 'ਚ ਦੇਖਦੇ ਹਾਂ, ਉਹਦੇ ਫਿਰ ਮਲਟੀਪਲ ਰੂਪਸ ਨੇ ਜਿਹੜੇ ਆਉਂਦੇ ਨੇ। ਇਹ ਮੰਨਿਆ ਜਾਂਦਾ ਹੈ ਕਾਰਸਨੇਸ਼ਨ ਵਿੱਚ ਅਸੀਂ ਦੇਖਿਆ ਕਿ ਜੇ 10 ਬੰਦੇ ਨੇ 10 ਦੇ ਵਿੱਚੋਂ 7 ਨੂੰ ਐਂਗਰ ਇਸ਼ੂ ਕਰਕੇ ਐਂਡ ਅਪ ਹੋਏ ਨੇ ਉੱਥੇ। ਮੇਨ ਇਸ਼ੂ ਇਹ ਹੈ। ਹੁਣ ਐਂਗਰ ਮੈਨੇਜਮੈਂਟ ਵਾਸਤੇ ਜਿਹੜੀ ਸਟ੍ਰੈਟਜੀ ਸਿਖਾਈ ਜਾਂਦੀ ਹੈ ਉਹ ਕਹਿੰਦੇ ਨੇ ਕਿ ਓਕੇ, ਜਦੋਂ ਤੁਹਾਡੇ ਅੰਦਰ ਇੱਕ ਥੋਟ ਪੋਪ ਅਪ ਹੋਇਆ ਅਤੇ ਉਸ ਥੋਟ ਨੇ ਕਿਹਾ ਵੀ ਆਹ ਐਕਟ ਕਰਦੇ, ਤੁਸੀਂ ਟਰਾਈ ਇਹ ਕਰਨੀ ਕਿ ਉਸ ਥੋਟ ਨੂੰ ਥੋੜ੍ਹੀ ਦੇਰ ਲਈ ਹੋਲਡ ਕਰ ਲਓ, ਇੰਨੇ ਵਿੱਚ ਹੀ ਉਹਦਾ ਪ੍ਰਭਾਵ ਘੱਟ ਜਾਏਗਾ। ਦੈਟਸ ਇਟ, ਇਟਸ ਏ ਮੂਮੈਂਟ ਆਫ ਹੀਟ। ਇਫ ਯੂ ਆਰ ਏਬਲ ਟੂ ਡਿਲੇ ਇਟ, ਤੁਸੀਂ ਉਹਦੇ ਬਹੁਤ ਵੱਡੇ ਪ੍ਰਭਾਵ ਤੋਂ ਬਚ ਜਾਓਗੇ। ਸਿਰਫ ਇੱਕ ਤੁਸੀਂ ਰੋਕਣਾ ਹੀ ਉਹਨੂੰ ਥੋੜ੍ਹੀ ਦੇਰ ਲਈ। ਉਹਦੇ ਲਈ ਮਲਟੀਪਲ ਸਟ੍ਰੈਟਜੀ ਸਿਖਾਉਂਦੇ ਨੇ। ਫਿਰ ਸਪੋਜ਼ ਕਿਸੇ ਦੀ ਕੋਈ ਗੱਲ ਚੰਗੀ ਨਹੀਂ ਲੱਗੀ, ਮਨ 'ਚ ਆਇਆ ਇਹਨੂੰ ਨਾ ਮੈਂ ਐਵੇਂ ਗਾਲ ਨਾ ਕੱਢ ਦਿਆਂ, ਬਸ ਇੱਕ ਪੱਲੀ ਰੋਕ, ਜ਼ਬਾਨ ਨੂੰ ਦੰਦਾਂ ਥੱਲੇ ਦੱਬ, ਨਾ ਕੱਢੀ ਨਾ ਬੋਲੀ। ਵੈਸੇ ਰੁਕਦੀ ਨਹੀਂ ਹੈ, ਮਹਾਰਾਜ ਦਾ ਪਾਵਨ ਬਚਨ ਹੈ। ਬਾਬਾ ਜੀ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੀਵਾ ਦਿੱਤੀ ਬੋਲੈ ਤਾਤ, ਤੁਰਤ ਫੁਰਤ। ਮਤਲਬ ਤੁਹਾਨੂੰ ਮੱਤ ਨੂੰ ਥੋੜ੍ਹਾ ਪੁੱਛਣ ਜਾਂਦੀ ਹੋ, ਪਿਛੜੇ ਸੀ ਔਰ ਨੋਟ, ਉਹ ਕਹਿੰਦੇ ਨੋ ਨੋ ਨੋ, ਇਟਸ ਮਾਈ ਜੋਬ, ਆਈ ਵਿਲ ਐਕਚੁਲੀ ਐਕਟ ਓਵਰ ਹੇਅਰ। ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਬੋਲਿਆ ਜਾਂਦਾ, ਫਿਰ ਕਹਿੰਦਾ ਬੋਲਣਾ ਹੀ ਕਿਉਂ ਸੀਗਾ। ਪਰ ਜੇ ਕਿਤੇ ਕੰਟਰੋਲ ਕਰ ਸਕਦਾ ਦੰਦਾਂ ਥੱਲੇ ਨੂੰ, ਇਸ ਰੂਪ ਦੇ ਵਿੱਚ ਥੋੜ੍ਹੀ ਦੇਰ ਲਈ ਰੋਕ ਲੈ, ਇਹਦੇ ਨਾਲ ਹੀ ਤੇਰੇ 90% ਮੁਸ਼ਕਲ ਹੱਲ ਹੋ ਜਾਏਗੀ। ਅੱਛਾ, ਇਹ ਅੱਜ ਦੀ ਸਟ੍ਰੈਟਜੀ ਕਹੀ ਜਾਂਦੀ ਹੈ। ਮੈਂ ਬਾਣੀ ਦਾ ਇੱਕ ਬਚਨ ਕਹਿ ਤਾ, ਇੱਕ ਹੋਰ ਕਹਿ ਦਿੰਦਾ ਤੁਹਾਡੇ ਸਾਹਮਣੇ, ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਬਿਲੰਬ ਪਾਪਮ ਨਾ ਬਿਲੰਬ ਧਰਮੰਗ। ਜਦੋਂ ਪਾਪ ਕਰਨ ਲੱਗਾ ਨਾ, ਪਾਪ ਐਕਟ ਹੈ ਨਾ ਇੱਕ, ਉਸ ਰੂਪ ਵਿੱਚ ਗੱਲ ਹੋ ਰਹੀ ਹੈ। ਸਿਰਫ ਇੱਕ ਕੰਮ ਕਰ, ਬਿਲੰਬ ਪਾ ਦੇ, ਥੋੜ੍ਹੀ ਜਿਹੀ ਦੇਰੀ ਕਰ ਦੇ। ਵਰਕ ਇਨਵਾਇਰਮੈਂਟ 'ਚ ਕਹਿੰਦੇ ਨੇ ਤੁਹਾਨੂੰ ਕਿਸੇ ਕੁਲੀਗ ਨਾਲ, ਤੁਹਾਡੇ ਮੈਨੇਜਰ ਨਾਲ, ਕਿਸੇ ਨਾਲ ਕੋਈ ਇਸ਼ੂ ਹੈਗਾ ਆ, ਤੁਸੀਂ ਉਹਨੂੰ ਚੱਕ ਕੇ ਫੋਨ ਕਰਨ ਲੱਗੇ ਹੋ, ਕਹਿੰਦੇ ਫੋਨ ਨਾ ਕਰੋ, ਈਮੇਲ ਕਰੋ ਜਾਂ ਟੈਕਸਟ ਕਰੋ। ਫੋਨ ਤੋਂ ਈਮੇਲ, ਫੋਨ ਤੋਂ ਟੈਕਸਟ ਹੁੰਦਿਆਂ ਤੱਕ ਤੁਹਾਡੀ ਚੀਜ਼ ਦੇ ਵਿੱਚ ਕਿੰਨਾ ਫਰਕ ਪੈ ਜਾਏਗਾ। ਤੁਸੀਂ ਜਦੋਂ ਟੈਕਸ ਜਨਰੇਟ ਕਰ ਲਿਆ, ਈਮੇਲ ਜਨਰੇਟ ਕਰ ਲਈ, ਉਸਨੂੰ ਸੈਂਡ ਬਟਨ ਦੱਬਣ ਤੋਂ ਪਹਿਲਾਂ ਆਪਣੇ ਜਿਹੜਾ ਹੈਗਾ ਚੇਅਰ ਤੋਂ ਥੋੜ੍ਹੀ ਦੇਰ ਲਈ ਉੱਠ ਕੇ ਕਿਤੇ ਵਾਸ਼ਰੂਮ ਬ੍ਰੇਕ ਲੈ ਲਓ, ਕਿਤੇ ਪਾਣੀ ਪੀਣ ਚਲੇ ਜਾਓ, ਫਿਰ ਆ ਕੇ ਦੁਬਾਰਾ ਉਸਨੂੰ ਰੀਰੀਡ ਕਰੋ। ਕਹਿੰਦੇ ਜਦੋਂ ਰੀਰੀਡ ਕਰਦਾ ਬੰਦਾ, ਉਹਦਾ ਆਲਮੋਸਟ 50% ਕੰਟੈਂਟ ਬਦਲ ਦਿੰਦਾ ਹੈ। ਉਹਨੂੰ ਪਤਾ ਲੱਗਦਾ ਇਹ ਵਰਡ ਐਪਰੋਪਰੀਏਟ ਨਹੀਂ, ਇਹ ਹਾਰਸ਼ ਹੈ ਇਸ ਤਰੀਕੇ ਦਾ। ਕਹਿੰਦੇ ਜੇ ਫਿਰ ਵੀ ਕਰ ਸਕਦੇ ਹੋ, ਉਸਨੂੰ ਕੁਝ ਪਲਾਂ ਲਈ ਹੋਰ ਰੋਕ ਕੇ ਕਹੋ, ਓਕੇ ਮੈਂ ਇਹਨੂੰ ਜਾਣ ਤੋਂ ਪਹਿਲਾਂ ਸੈਂਡ ਕਰਾਂਗਾ। ਰਿਸਰਚ ਕਹਿੰਦੀ ਹੈ ਗਾਲਬਨ ਕੋਈ 70% ਤੋਂ ਵੱਧ ਮੈਸੇਜ ਜਿਹੜੇ ਨੇ ਉਹ ਕਈ ਵਾਰੀ ਉਸ ਇਨਬੋਕਸ ਵਿੱਚ 2-4-5 ਕਈ ਵਾਰੀ ਮਹੀਨਾ ਪਏ ਰਹਿੰਦੇ, ਬੰਦਾ ਮੁੜ ਕੇ ਭੇਜਦਾ ਨਹੀਂ। ਇਹ ਹੈ ਬਿਲੰਬ ਪਾਪੰਗ, ਹਾਂ ਨੈ ਬਿਲੰਬ ਧਰਮੰਗ। ਜਦੋਂ ਕੋਈ ਚੰਗਾ ਕੰਮ ਕਰਨਾ ਤਾਂ ਇਹ ਤੁਹਾਡੀ ਕੌਨਸ਼ੀਅਸ ਬੋਲ ਕੇ ਦੱਸਦੀ ਹੈ ਤੁਹਾਨੂੰ, ਉਦੋਂ ਨਾ ਦੇਰੀ ਕਰੋ। ਅੱਜ ਇਸ ਚੀਜ਼ ਦੇ ਉੱਤੇ ਕੋਰਸਿਸ ਹੋ ਚੁੱਕੇ ਨੇ, ਬਣ ਚੁੱਕੇ ਨੇ, ਸਭ ਕੁਝ ਬਣ ਚੁੱਕਾ ਹੈ। ਬਾਣੀ ਮਹਾਰਾਜ 'ਚ ਸੈਂਕੜੇ ਵਰੇ ਪਹਿਲਾਂ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ ਗਈਆਂ। ਕਿਆ ਉਹ ਧੋਪੈ ਨਾਮੈ ਕੈ ਰੰਗ, ਜੇ ਕਿਤੇ ਪ੍ਰੀਤ 'ਚ ਖੀਵਾ ਹੋ ਕੇ ਤੂੰ ਬਾਣੀ ਨੂੰ ਨਾਮ ਦਾ ਖਜ਼ਾਨਾ ਸਮਝ ਕੇ ਅਤੇ ਸੁਰਤ ਕਰਕੇ ਇਹਦੇ 'ਚ ਚੁੱਭੀਆਂ ਲਾਏ, ਇਜ਼ ਇਨ ਅ ਗ੍ਰੇਟ ਥਿੰਗ। ਮਹਾਰਾਜ ਨੇ ਉਹਦੀ ਗੱਲ ਕੀਤੀ, ਉਹ ਧੋਪੈ ਨਾਮੈ ਕੈ ਰੰਗ। ਹੁਣ ਆਪਾਂ ਗੱਲ ਜੋ ਵਿਚਾਰ ਰਹੇ ਸੀਗੇ ਬੀਤੇ ਕੱਲ੍ਹ, ਚਲੋ ਇਗਜ਼ਾਮਪਲ ਇੱਕ ਦੋ ਦੇ ਦੇਣਾ, ਮੈਂ ਇਗਜ਼ਾਮਪਲਸ ਮੈਂ ਪਾਈਆਂ ਸੀਗੀਆਂ। ਹਾਂ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਮਨ ਦੀ ਜਿਹੜੀ ਮਲ ਆ, ਮੈਲ ਮਨ ਵਿੱਚ ਹੀ ਹੈ। ਮਨ ਮੈਲਾ ਹੋ ਜਾਣਾ ਕਿਸੇ ਦੇ ਬਾਰੇ, ਗੁੱਸਾ ਹੋਣਾ ਕਿਸੇ ਦੇ ਬਾਰੇ, ਈਰਖਾ ਹੋਣੀ, ਦਵੈਖ ਹੋਣਾ, ਇਹੀ ਮੈਲ ਹੈ ਸਾਰੀ, ਇਹਨੂੰ ਐਕਟ ਕਰਦੇ ਹਾਂ ਅਸੀਂ, ਇਹੀ ਪਾਪ ਬਿਰਤੀ ਹੈ ਸਾਰੀ। ਬਾਬਾ ਜੀ ਨੇ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ, ਤੇਰੀ ਮਨ ਦੀ ਮਲ ਲੈ ਸਕਦੀ ਤੂੰ ਸਿਮਰਨ ਕਰੇ ਅਤੇ ਵਾਹਿਗੁਰੂ ਦਾ ਅਹਿਸਾਸ ਕਰੇ। ਅਤੇ ਜੇ ਅਹਿਸਾਸ ਹੀ ਐਵੇਂ ਕਰੇ ਵੀ ਵਾਹਿਗੁਰੂ ਤੂੰ ਤਾਂ ਹੀ ਹੈ ਜੇ ਤੂੰ ਆ ਮੇਰੇ ਜਿਹੜੇ ਦੁਸ਼ਮਣ ਨੇ ਸਾਰੇ ਮਾਰ ਦੇ,
ਬਾ ਵਾਹਿਗੁਰੂ ਮੈਂ ਦੇਖਣਾ ਹੀ ਇਹ ਚਾਹੁੰਦਾ ਵੀ ਸਾਰੇ ਸਾਰੇ ਦਾ ਮਤਲਬ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਕਿ ਮੈਂ ਕੀ ਕਹਿ ਰਿਹਾ, ਐਟਲੀਸਟ ਬਾਣੀ ਦਾ ਕੁਝ ਅਹਿਸਾਸ ਤਾਂ ਕਰਾਂ। ਸਭ ਕੋ ਮੀਤ ਮਾਪਨ ਕੀਨਾ ਹਮ ਸਭਨਾ ਕੇ ਸਾਜਨ, ਇਹ ਸਿਮਰਨ ਹੈ। ਇਸੇ ਕਰਕੇ ਕਿਹਾ ਗਿਆ ਪਾਠ ਕਰਦਾ ਅਰਦਾਸ ਕਰਿਆ ਕਰ, ਅਰਦਾਸ ਕਰੇਗਾ ਬਚਨ ਸ਼ਾਇਦ ਤੇਰੀ ਸੁਰਤ 'ਚ ਪੱਕੇ ਯਾਦ ਹੋ ਜਾਣ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅਤੇ ਜਿਹਨਾਂ ਬਾਰੇ ਪਹਿਲਾਂ ਕਹਿ ਕੇ ਹਟਿਆ ਵੀ ਬਾਬਾ ਉਹਨੂੰ ਵੀ ਚੱਕਦੀ ਅਤੇ ਉਹਨੂੰ ਵੀ ਚੱਕਦੀ ਅਤੇ ਉਸ, ਫਿਰ ਪਤਾ ਲੱਗਾ ਨਹੀਂ ਨਹੀਂ ਸਭ ਦੇ ਭਲੇ ਦੇ ਕੋਨਸੈਪਟ ਆ ਇਹਦੇ ਵਿੱਚ ਹੀ। ਇਹ ਹੈ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਤੇਰੇ ਮਨ ਦੀ ਮਲ ਜਿਹੜੀ ਹੈ ਉਹ ਲੈ ਜਾਏਗੀ। ਬਾਈ ਰਿਸਾਈਟਿੰਗ ਐਂਡ ਅੰਡਰਸਟੈਂਡਿੰਗ ਵਾਹਿਗੁਰੂ ਇਜ਼ ਗਲੋਰੀ, ਵਨਸ ਮਾਇੰਡ ਫਿਲਥ ਔਰ ਸਿੰਸ ਗੋਜ਼ ਅਵੇ। ਹੋਰ ਇਗਜ਼ਾਮਪਲਸ ਬਹੁਤ ਨੇ, ਖੈਰ ਮਤਲਬ ਪੂਰੇ ਦੇ ਪੂਰੇ ਚੈਪਟਰ ਲੈ ਜਾ ਸਕਦੇ ਹਾਂ, ਟੂਕ ਮਾਤਰ ਇੱਕ ਦੋ ਬੇਨਤੀ ਕਰਦੇ ਨੇ ਇੱਥੇ। ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਵਾ ਸਚਿਆਰ, ਕਿਉਂਕਿ ਸਚਿਆਰ ਹੋਣਾ ਨਾ ਅਖੀਰ ਦੇ ਵਿੱਚ, ਮਨ ਦੀ ਮੈਲ ਹੀ ਸਚਿਆਰ ਨਹੀਂ ਹੋਣ ਦਿੰਦੀ, ਇਹ ਮਨ ਦਾ ਮੈਲਾਪਨ ਹੀ ਹੈ। ਮੈਂ ਤੁਸੀਂ ਅਤੇ ਹੋਰ ਜੋ ਕੁਝ ਵੀ ਹੈ, ਭਗਤ ਜੀ ਦਾ ਸ਼ਬਦ ਹੈ ਮਹਿੰਗਾ, ਜਿਸ ਮੇਰੇ ਜ਼ਹਿਨ 'ਚ ਆਇਆ ਮੈਂ ਕਹਿ ਦਿੰਦਾ, ਜ਼ਿਆਦਾ ਟਾਈਮ ਨਹੀਂ ਲਵਾਂਗਾ। ਉਹ ਬਿਆਨ ਕਰਦੇ ਜਿਹੜਾ ਅਸੀਂ ਭਗਤ ਨਾਮ ਦੇ ਹੁਕਮਨਾਮੇ ਸ਼ਬਦ ਪੜ੍ਹਦੇ ਹਾਂ, ਪਹਿਲ ਪੁਰਸਾਬਿਰਾ ਅਥੋਨ ਪੁਰਸਾਦ ਮਰਾ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਅਸਗਾ ਅਸ ਉਸਗਾ ਹਰਕਾ ਬਾਗਰਾ ਅਸਗਾ ਅਸ ਉਸਗਾ, ਮੈਂ ਤੁਸੀਂ ਅਤੇ ਉਹ, ਤਿੰਨ ਹੀ ਚੀਜ਼ਾਂ 'ਚ ਸੈਂਟੈਂਸ ਪੂਰਾ ਹੋ ਜਾਂਦਾ ਸਾਡਾ। ਮੈਂ ਫਸਟ ਪਰਸਨ, ਤੁਸੀਂ ਸੈਕਿੰਡ ਪਰਸਨ ਅਤੇ ਤੀਸਰਾ ਥਰਡ ਪਰਸਨ, ਇੰਨੀ ਕੀ ਲੈਂਗੁਏਜ ਹੈ ਸਾਡੀ। ਆਵਰ ਹੋਲ ਐਕਚੁਲੀ ਯੂ ਕੈਨ ਸੇ ਲੈਂਗੁਏਜ ਇਜ਼ ਗੋਨਾ ਕਾਇੰਡ ਆਫ ਕੰਕਲੂਡ ਇਨ ਦੀਜ਼ ਥ੍ਰੀ ਐਕਚੁਲੀ ਕ੍ਰਾਈਟੇਰੀਆ, ਮੈਂ ਤੂੰ ਅਤੇ ਉਹ, ਤਿੰਨਾਂ 'ਚ ਰੱਬ ਵਸਦਾ ਆ। ਫਿਰ ਮੈਂ ਆਪਣੇ ਆਪ ਦੀ ਨਫ਼ਰਤ ਆਪਣੇ ਆਪ ਨਾਲ ਕਿਵੇਂ ਕਰਾਂਗਾ, ਮੈਂ ਤੁਹਾਨੂੰ ਨਫ਼ਰਤ ਕਿਵੇਂ ਕਰਾਂਗਾ, ਮੈਂ ਅਤੇ ਤੁਸੀਂ ਰਲ ਕੇ ਕਿਸੇ ਤੀਜੇ ਨੂੰ ਨਫ਼ਰਤ ਕਿਵੇਂ ਕਰਾਂਗੇ। ਆਹ ਬਾਤ ਆ, ਇੱਥੇ ਸਚਿਆਰ ਹੋ ਗਿਆ, ਮਨ ਦੀ ਮਲ ਲੈ ਗਈ, ਬੰਦੇ ਨੂੰ ਪਤਾ ਲੱਗਾ ਸਭ ਉਹਦਾ ਮੰਜ਼ਰ ਆ ਉਸ ਰੂਪ ਵਿੱਚ। ਕਿਹਾ ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਵਾ ਸਚਿਆਰ, ਜਾਂ ਮਹਾਰਾਜ ਕਹਿੰਦੇ ਅਹਿਨਸ ਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਈ। ਉਹ ਭਲਿਆ ਨਾਮ ਜਪਿਆ ਕਰ, ਵਾਹਿਗੁਰੂ ਦਾ ਨਾਮ ਲਿਆ ਕਰ, ਮੈਲੇ ਹੱਛੇ ਹੋਈ, ਜਿਹੜੇ ਮੈਲੇ ਸੀ ਨਾ ਉਹ ਅੱਛੇ ਹੋ ਜਾਂਦੇ, ਚੰਗੇ ਹੋ ਜਾਂਦੇ, ਉਹਨਾਂ 'ਚ ਅੱਛਾਈ ਆ ਜਾਂਦੀ, ਚੰਗਾਪਨ ਆ ਜਾਂਦਾ। ਇਸ ਕਿਸਮ ਦੀਆਂ ਬਾਤਾਂ ਬਾਣੀ 'ਚ ਮੌਜੂਦ। ਖੈਰ ਹੁਣ ਆ ਜੀ ਅਗਲੀ ਸਤਰ ਦੇ ਉੱਤੇ, ਪੁੰਨੀ ਪਾਪੀ ਆਖਣ ਨਾ ਹੈ। ਅਸਲ ਵਿੱਚ ਬੰਦਾ ਮਨ ਦੀ ਮੈਲ ਨਹੀਂ ਲਾਉਂਦਾ, ਮਾਫ਼ੀ ਚਾਹਾਂਗਾ, ਜੋ ਚੀਜ਼ ਸਾਹਮਣੇ ਦਿਸ ਰਹੀ ਉਹਦੇ 'ਤੇ ਕੰਮ ਨਹੀਂ ਕਰ ਰਿਹਾ, ਇੱਕ ਅਜੀਬ ਤਰ੍ਹਾਂ ਦਾ ਪੁੰਨਾ ਪਾਪਾਂ ਦਾ ਇੱਕ ਤਾਣਾ ਪੇਟਾ ਬੁਣ ਕੇ ਨਾ ਉਹਦੇ 'ਚ ਮਸਤ ਹੋਇਆ। ਕਈਆਂ ਲੱਗਦਾ ਕਿ ਆਪਾਂ ਉਸ ਦਿਨ ਬਾਤ ਕੀਤੀ ਵੈਸੇ, ਹੈਰ ਸਾਰੀ ਰਿਵੀਜ਼ਨ ਹੀ ਦੁਬਾਰਾ, ਫਿਰ ਵੀ ਜੇ ਮੈਂ ਗਾਂ ਦੀ ਪੂਜਾ ਕਰਾਂ ਤਾਂ ਫਿਰ ਮੈਨੂੰ ਜ਼ਿਆਦਾ ਪੁੰਨ ਲੱਗੇਗਾ। ਇੱਥੇ ਗਾਂ ਦੀ ਕਰੋ, ਸਾਡੇ ਉਸ ਇਲਾਕੇ ਦੇ ਵਿੱਚ ਅਵਾਰਾ ਪਸ਼ੂਆਂ ਦੀ ਜਿਹੜੀ ਹਾਲਤ ਆ, ਮਾਈ ਗੁੱਡਨੈਸ, ਇਹ ਪੁੰਨ ਆ। ਸਾਡਾ ਸ਼ੇਰ ਵੱਡਾ ਹੋ ਗਿਆ ਬਾਬੇ ਦੀ ਕਿਰਪਾ ਨਾਲ, ਵੈਨ ਹੀ ਵਾਜ਼ ਕੁਆਇਟ ਯੰਗ ਐਂਡ ਵਨ ਟਾਈਮ ਆਈ ਆਸਕਡ ਹਿਮ, ਓਕੇ ਸੋ ਲੈਟਸ ਗੋ ਟੂ ਇੰਡੀਆ, ਹੈ ਨਾ, ਹੁਣੇ ਚਾਹੁੰਦਾ, ਹੁਣ ਜਾਇਆ ਜਾਂ, ਹੁਣ ਟਿਕਟਾਂ ਬਹੁਤ ਮਹਿੰਗੀਆਂ, ਸਾਡੇ ਕੋਲ ਜਾਇਆ ਜਾਂਦਾ। ਅਤੇ ਉਦੋਂ ਇਹ ਉਹਨੂੰ ਅਸੀਂ ਉਦੋਂ ਅਸੀਂ ਕਹਿੰਦੇ ਹੁੰਦੇ ਚੱਲ ਚੱਲੀਏ, ਉਹਦੇ ਟਿਕਟਾਂ ਸਸਤੀਆਂ ਹੁੰਦੀਆਂ ਸੀ, ਜ਼ਮਾਨਾ ਬਦਲ ਗਿਆ ਸਾਰਾ। ਅਤੇ ਉਹ ਕਹਿੰਦਾ ਨੋ ਆਈ ਡੋਂਟ ਲਾਈਕ, ਮੈਂ ਕਿਹਾ ਵਟ ਹੈਪਨ, ਯੂ ਨੋ ਆਈ ਡੋਂਟ ਲਾਈਕ, ਮੈਂ ਵਟ ਡੂ ਯੂ ਰੈਫਰਿੰਗ ਹੇਅਰ ਵਿਚ ਯੂ ਡੋਂਟ ਲਾਈਕ, ਕਹਿੰਦੇ ਕਾਓਪੂ। ਮੈਂ ਕਾਓਪੂ, ਮੈਂ ਸ਼ਹਿਰ ਦੇ ਵਿੱਚ ਦਾਦੇ ਤੇਰੇ ਨੇ ਐਡਾ ਜ਼ੋਰ ਲਾ ਕੇ ਕੋਠੀ ਪਾਈ ਸ਼ਹਿਰ ਦੇ ਵਿੱਚ, ਅਰਬਨ ਸਟੇਟ ਦੇ ਸਾਰਾ ਵੀ ਚਲੋ, ਪੋਤੇ ਨੂੰ ਖੇਡਦੇ ਨੂੰ ਦੇਖਾ। ਬਾਏ ਚਾਂਸ ਮੈਂ ਦਾਰ ਜੀ ਨੂੰ ਪੁੱਛਿਆ, ਮੈਂ ਕੀ ਹੋਇਆ ਇਸ ਤਰੀਕੇ, ਉਹ ਕਹਿੰਦੇ ਉਹ ਸ਼ਹਿਰ 'ਚ ਵਾਰਾ ਗਾਵਾਂ ਤੁਰੀਆਂ ਫਿਰਦੀਆਂ, ਉਹ ਗਾਂ ਨੂੰ ਆਦਤ ਪੈ ਗਈ, ਉਹ ਬਿਲਕੁਲ ਕੋਠੀ ਦੇ ਸਾਹਮਣੇ ਗੇਟ ਦੇ ਸਾਹਮਣੇ ਆ ਕੇ ਗੋਇਆ ਕਰਕੇ ਜਾਂਦੀ ਅਵਾਰਾ ਪਸ਼ੂ ਉੱਤੇ। ਉਹ ਜਦੋਂ ਬਾਹਰ ਨਿਕਲਿਆ ਸਾਹਮਣੇ, ਉਹ ਨਿਕਲਿਆ, ਉਹ ਆ ਕੀ ਬਣ ਗਿਆ, ਕਿੱਡੀ ਵੱਡੀ ਸਮੱਸਿਆ ਕਿੱਥੋਂ ਕ੍ਰੀਏਟ ਹੋਈ।
ਲੋਕਾਂ ਦੇ ਪੁੰਨ ਖੱਟਣ ਤੋਂ। ਹੁਣ ਉਹ ਪੁੰਨ ਕਿੱਡਾ ਵੱਡਾ ਪਾਪ ਕਨਵਰਟ ਹੁੰਦਾ ਜਦੋਂ ਐਕਸੀਡੈਂਟ ਹੁੰਦੇ, ਬੱਚੇ ਰਾਤ ਬਰਾਤੇ ਕੰਮ ਕਰਕੇ ਜਾਣ ਵਾਲੇ, ਸਾਰਾ ਕੁਛ। ਪਰ ਇਹੋ ਜਿਹੇ ਪੁੰਨ ਪਾਪਾਂ ਦੀ ਦੁਨੀਆ ਪਈ ਉੱਥੇ ਬਸਰ ਹੋ ਰਹੀ ਹੈ। ਮਤਲਬ ਵੈਸਟਰਨ ਵਰਲਡ ਦੇ ਵਿੱਚ ਇੱਕ ਪੂਰਾ ਜੋਕ ਹੈ, ਉਹ ਕਹਿੰਦੇ ਵੀ ਪੂਰੀ ਦੁਨੀਆ ਦੇ ਵਿੱਚ ਗਾਂ ਜਿਹੜੀ ਹੈ ਨਾ, ਇਹ ਦੁੱਧ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਇੰਡੀਆ 'ਚ ਵੋਟਾਂ ਲਈ ਯੂਜ਼ ਕੀਤੀ ਜਾਂਦੀ ਹੈ। ਹੈ ਨਹੀਂ ਕਮਾਲ, ਕਹਿੰਦੇ ਇੱਥੇ ਦੁੱਧ ਦਿੰਦੀ ਉੱਥੇ ਵੋਟ ਦਿੰਦੀ, ਮਤਲਬ ਅਜੀਬ ਹਾਲਤ ਹੈ। ਪੀਪਲ ਮੇਕ ਲਾਫ ਐਟ ਦੀਸ ਕਾਇੰਡ ਆਫ ਇਸ਼ੂਜ਼, ਬਟ ਸਟਿਲ ਕੀ ਕੀਤਾ ਜਾਏ। ਪੁੰਨੀ ਪਾਪੀ ਇਨ ਬਿਨ ਆਪਣੇ ਘਰ 'ਚ ਆ ਜਾਈਏ ਅਸੀਂ, ਚਲੋ ਬਗਾਨੇ ਦੀ ਗੱਲ ਕਰਕੇ ਬੜੀ ਖੁਸ਼ੀ ਮਿਲਦੀ, ਆਪਣੇ ਘਰ 'ਚ ਪੁੰਨੀ ਪਾਪੀ ਦਾ ਹਾਲਤ ਦੇਖ ਲਿਆ ਕਿਸ ਕਿਸਮ ਦੀ ਬਣਾ ਦਿੱਤੀ ਅਸੀਂ। ਮਤਲਬ ਅਹਿਸਾਸੀਅਤ ਦੇ ਲੈਵਲ 'ਤੇ ਆਈਏ, ਸਾਡੇ ਗੁਰਧਾਮ, ਸਾਡੇ ਗੁਰ ਅਸਥਾਨ ਸ਼ੋਭਨੀਕ ਹੋਣ, ਚੰਗੇਰੇ ਹੋਣ, ਵਧੀਆ ਹੋਣ, ਪਰ ਗਲੈਮਰਾਈਜੇਸ਼ਨ 'ਤੇ ਜ਼ੋਰ ਲੱਗਾ ਸਰ। ਸਾਡੇ ਪ੍ਰੋਫੈਸਰ ਸਾਹਿਬ ਨੇ ਉੱਥੇ ਇੱਕ ਛੋਟੀ ਜਿਹੀ ਰਿਸਰਚ ਕੀਤੀ, ਹਾਲਾਂਕਿ ਅਸੀਂ ਵੀ ਕੀਤੀ ਜਦੋਂ ਅਸੀਂ ਪੜ੍ਹਦੇ ਸੀਗੇ, ਜਦੋਂ ਹਰਿਆਣਾ ਕਮੇਟੀ ਵਾਲਾ ਮਸਲਾ ਸ਼ੁਰੂ ਹੋਇਆ ਨਾ, ਸ਼ੁਰੂ ਦੇ ਵਿੱਚ ਪੋਲੀਟੀਕਲ ਇੱਕ ਚੱਕਰ ਧਾਰਨ ਦੀ, ਇੰਸਟੀਟਿਊਸ਼ਨ ਨੂੰ ਤੋੜਨ ਦੀ ਗੱਲ ਨਹੀਂ ਹੈ, ਇੰਸਟੀਟਿਊਸ਼ਨ ਨੂੰ ਤੋੜ ਕੇ ਕੱਢੋਗੇ ਇਹਦੇ ਵਿੱਚੋਂ। ਗੱਲ ਤਾਂ ਇੰਸਟੀਟਿਊਸ਼ਨ ਨੂੰ ਜਿਨ੍ਹਾਂ ਨੇ ਰਨ ਕਰਨਾ ਆ ਉੱਥੇ ਸਾਫ ਗੋਈ ਨਾਲ ਲੋਕ ਕੰਮ ਕਰਨ, ਅਦਰਵਾਈਜ਼ ਤਾਂ ਕੁਛ ਨਹੀਂ ਬਣਨਾ ਉੱਥੇ। ਖੈਰ ਜਦੋਂ ਉਹਦੀ ਗੱਲ ਹੋਈ ਤਾਂ ਅਸੀਂ ਛੋਟੀ ਜਿਹੀ ਸਟੱਡੀ ਕੰਡਕਟ ਕੀਤੀ, ਜਿਹੜੇ SGPC ਗੁਰਦੁਆਰਾ ਸਾਹਿਬ ਕੰਟਰੋਲ ਕਰਦੀ, ਜਿਹੜੇ ਸਾਡੇ ਇਤਿਹਾਸਕ ਗੁਰੂ ਸਥਾਨ ਨੇ ਜਿਵੇਂ ਗੁਰਦੁਆਰਾ ਤਮਤਾਣ ਸਾਹਿਬ ਆ ਜਾਂ ਹੋਰ ਗੁਰਦੁਆਰਾ ਸਾਹਿਬ ਨੇ, ਕੁਝ ਕਿਸੇ ਕਿਸੇ ਗੁਰਦੁਆਰੇ ਦੇ ਨਾਲ 3,000-3,000 acres ਜ਼ਮੀਨ ਵੀ ਹੈ, ਬਹੁਤ ਵੱਡੀ ਲੈਂਡ ਆ, ਬੜੀ ਵੱਡੀ ਪ੍ਰੋਪਰਟੀ ਆ। ਸੋ ਉਹਦੀ ਮੈਨੇਜਮੈਂਟ ਦੀ ਗੱਲ ਹੋ ਰਹੀ ਸਾਰੀ ਉਸ ਤਰੀਕੇ ਨਾਲ। ਅਸੀਂ ਕਿਹਾ ਚਲੋ ਲੋਕਲ ਗੁਰਦੁਆਰਾ ਸਾਹਿਬ ਜਿਹੜੇ ਸ਼ਹਿਰਾਂ ਵਿੱਚ ਨੇ, ਮਤਲਬ ਪਿੰਡਾਂ 'ਚ ਨਹੀਂ ਸ਼ਹਿਰਾਂ 'ਚ, ਅਸੀਂ ਉਹਨਾਂ ਨੂੰ ਇਕੱਲਿਆਂ ਨੂੰ ਜਿਹੜਾ ਕੀਤਾ, ਅਸੀਂ ਉਸ ਸਮੇਂ ਉਹਨਾਂ ਨੂੰ ਕੈਲਕੂਲੇਟ ਕੀਤਾ, ਉਹਨਾਂ ਦੀ ਸਾਲਾਨਾ ਇਨਕਮ ਜਿਹੜੀ ਹੈਗੀ ਹੈ ਮੋਰ ਦੈਨ 50 crore ਬਣੀ। ਉਦੋਂ ਮੋਟੇ ਮੋਟੇ ਸ਼ਹਿਰ ਹਰਿਆਣੇ ਦੇ ਗਿਣੇ ਅਸੀਂ, ਸਿਰਫ ਹਰਿਆਣੇ ਦੇ ਮੋਟੇ ਮੋਟੇ ਸ਼ਹਿਰ ਜਿਹੜੇ ਮੇਨ ਗੁਰਦੁਆਰਾ ਸਾਹਿਬ ਲੋਕਲ ਜਿਹੜੀਆਂ ਸਿੰਘ ਸਭਾਵਾਂ ਕਹਿੰਦੇ ਆ। ਅੱਛਾ ਉਸ 50 crore ਨੂੰ ਲਾਇਆ ਕਿੱਥੇ ਜਾ ਰਿਹਾ ਜੀ? ਤੁਸੀਂ ਕਹੋ ਇੰਨਾ ਪੈਸਾ ਤਾਂ ਫਿਰ ਤਾਂ ਭਾਈ ਸਾਹਿਬ ਦਰਿਆ ਵਗ ਜੇ ਪੂਰਾ। ਲਾਇਆ ਇੱਥੇ ਜਾ ਰਿਹਾ ਵੀ ਬੜੀ ਵਧੀਆ ਇਮਾਰਤ ਬਣੀ ਹੈ ਅਤੇ ਪੈਸੇ 4 ਆ ਗਏ ਨੇ, ਕੀ ਕੀਤਾ ਜਾਏ? ਇਹਨੂੰ ਢਾਓ, ਇੱਥੇ ਨਵੀਂ ਬਣਾਓ, ਇੱਥੇ ਆ ਜਿਹੜੀ ਹੈ ਹਾਂ ਡਿਊਟੀ ਤੁਸੀਂ ਦੇਖਿਆ ਹੀ ਹੈ ਸਾਰਾ, ਪਿੱਛੇ ਗੁਰੂ ਰਾਮਦਾਸ ਸਾਹਿਬ ਵਾਲੀ ਸਰਾਂ ਜਿਹੜੀ ਹੈ, ਮਤਲਬ ਇੰਜੀਨੀਅਰ ਇਹ ਕਹਿ ਰਹੇ ਨੇ ਵੀ ਇਹਦਾ ਕੱਖ ਵੀ ਨਹੀਂ ਵਿਗੜਿਆ, ਇਹਦਾ ਟੋਟਲੀ ਫਾਈਨ ਆ ਪੂਰੀ ਤਰ੍ਹਾਂ। ਉਹ ਕਹਿੰਦੇ ਨਹੀਂ ਨਹੀਂ ਢਾ ਕੇ ਨਵੀਂ ਬਣਾਓ। ਮਤਲਬ ਇੱਕ ਅਜੀਬ ਤਰ੍ਹਾਂ ਦੀ ਹਾਲਤ ਹੈ ਉਸ ਸਾਰੇ ਰੂਪ ਦੇ ਵਿੱਚ। ਸਾਡੇ ਪ੍ਰੋਫੈਸਰ ਸਾਹਿਬ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਧਿਆਨ ਨਾਲ ਦੇਖੋਗੇ ਨਾ, ਗੁਰੂ ਨਾਨਕ ਸਾਹਿਬ ਕਿਤੇ ਵੀ ਜਾਂਦੇ ਸੀਗੇ ਉਹਨਾਂ ਦੇ ਕੋਲ 3 ਚੀਜ਼ਾਂ ਮੌਜੂਦ ਰਹਿੰਦੀਆਂ ਸੀਗੀਆਂ। ਨੰਬਰ 1 ਉਹਨਾਂ ਦੇ ਕੋਲ ਸਾਜਿੰਦਾ ਸੀ, ਜਿਹਦੇ ਕੋਲ ਰਬਾਬ ਸੀ, ਸਾਜ ਵੱਜਦਾ ਸੀ, ਕੀਰਤਨ। ਨੰਬਰ 2 ਦੇ ਉੱਤੇ ਗੁਰੂ ਮਹਾਰਾਜ ਦੇ ਕੋਲ ਆਸਾ ਹੱਥ ਕਿਤਾਬ ਕੱਛ ਪੋਥੀ ਹੁੰਦੀ ਸੀ। ਤੀਸਰੀ ਚੀਜ਼ ਕਲਮ ਅਤੇ ਦਵਾਤ ਹੁੰਦੀ ਸੀ। ਹੁਣ ਸਾਡਾ ਖਰਚਾ ਨਾ ਕਲਮ 'ਤੇ ਲੱਗਦਾ, ਨਾ ਦਵਾਤ 'ਤੇ ਲੱਗਦਾ, ਨਾ ਪੋਥੀ 'ਤੇ ਲੱਗਦਾ। ਸੰਗੀਤ ਬਾਰੇ ਅਸੀਂ ਜਾਣੀਏ, ਮਤਲਬ ਰਬਾਬ ਬਾਰੇ ਕੀ, ਕੀਰਤਨ ਬਾਰੇ ਕੀ ਹੈ, ਤੁਸੀਂ ਦੇਖੋ ਸਾਰਾ ਜ਼ੋਰ ਕਾਹ 'ਤੇ ਲੱਗ ਰਿਹਾ ਜੀ? ਪੁੰਨ ਖੱਟਿਆ ਜਾ ਰਿਹਾ, ਇਹ ਸਵਾਬ ਆ, ਉਹ ਇਹ ਸਵਾਬ ਆ, ਇਹ ਤਾਂ ਮਤਲਬ ਇੰਤਹਾ ਹੀ ਹੈ ਜੀ, ਕੀ ਕੀਤਾ ਜਾਏ। ਬਾਬਾ ਜੀ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ, ਇਹ ਗੱਲਾਂ ਸਿਰਫ ਕਰਨ ਕਰਾਉਣ ਵਾਲੀਆਂ ਨੇਗੀਆਂ। ਗੁੱਡ ਡੀਡਸ ਐਂਡ ਸਿੰਸ ਡੂ ਨੋਟ ਕਮ ਬਾਏ ਜਸਟ ਸੇਇੰਗ ਔਰ ਯੂ ਕੈਨ ਸੇ ਰਿਸਾਈਟਿੰਗ ਵਰਡਸ, ਕਰਨਾ ਭਾਈ ਜੋ ਕੁਝ ਕਰਾਂਗੇ ਉਹ ਅਸੀਂ ਲੇਖੇ ਲਿਖ ਰਹੇ ਹਾਂ, ਆਪਣੇ ਵਾਸਤੇ ਵੀ ਅਤੇ ਆਪਣੇ ਆਲੇ ਦੁਆਲੇ ਦੀਆਂ ਜਨਰੇਸ਼ਨਸ ਵਾਸਤੇ। ਜੋ ਕੁਝ ਕਰ ਰਹੇ ਹਾਂ ਉਹ ਲਿਖ ਰਹੇ ਹਾਂ, ਉਹ ਵੁੜੀ ਕਲਮ ਜਿਹੜੀ ਉਹ ਸਾਡੀ ਸੋਚ ਦੇ ਮੁਤਾਬਕ ਹੀ ਲਿਖ ਰਹੀ ਹੈ ਸਾਰਾ ਕੁਝ। ਸਾਡੇ ਸਾਹਮਣੇ ਸਾਰੀ ਸਿਚੁਏਸ਼ਨ ਬਣੀ ਪਈ ਹੈ, ਆਪਾਂ
ਗੁਰੂ ਸਾਹਿਬ ਦੇ ਸਮੇਂ ਨੂੰ ਪੜ੍ਹਦੇ ਆ, ਗੁਰੂ ਅੰਗਦ ਸਾਹਿਬ ਮੱਲ ਅਖਾੜਿਆਂ 'ਚ ਹੀ ਰਹਿੰਦੇ, ਬੱਚਿਆਂ ਨੂੰ ਘਲਾਉਂਦੇ, ਸਾਰਾ ਇਹ ਕੀ ਹੈ, ਇਹ ਸਾਰੀ ਰਿਕ੍ਰੀਏਸ਼ਨਲ ਐਕਟੀਵਿਟੀਜ਼ ਨੇ, ਇਹ ਐਨਰਜੀ ਹੈ ਜੋ ਬੰਦੀ ਦਹਿਲੀਜ਼ 'ਤੇ ਚੜ੍ਹ ਰਹੀ, ਇਹਨੂੰ ਕਿਤੇ ਇਨਵੋਲਵ ਕਰੋਗੇ? ਅਸੀਂ ਕਿਸ ਤਰੀਕੇ ਦਾ ਜਿਸ ਸਪੋਰਟਸ ਦੇ ਕੀਤਾ ਉਸ ਬਾਬਤ, ਹਾਲਾਂਕਿ ਉਹਦੀ ਰਾਈਟਿੰਗ ਨੂੰ ਬਹੁਤਾ ਲੋਕ ਲਾਈਕ ਨਹੀਂ ਕਰਦੇ, ਪਰ ਮੈਂ ਜਿਹੜਾ ਚੰਗਾ ਕੰਮ ਹੈ ਉਹਦੀ ਗੱਲ ਕਰ ਰਿਹਾ। ਉਹਦੇ ਨਾਲ ਇੱਕ ਰਘੁਵੰਸ਼ ਰਾਏ ਸੀ ਸ਼ਾਇਦ ਫੋਟੋਗ੍ਰਾਫਰ, ਉਹਦੀਆਂ 60s ਦੀਆਂ 50s ਦੀਆਂ ਤੁਸੀਂ ਕਦੀ ਐਲਬਮਸ ਦੇਖੋ, ਮਤਲਬ ਓਲੰਪਿਕ ਤੱਕ ਉਹਨੇ ਉਹਨੂੰ ਫੋਟੋ ਸਕੈਚ ਲਿਆਉਂਦੇ ਸਪੋਰਟਸ ਐਕਟੀਵਿਟੀਜ਼ ਦੀਆਂ। ਗਰਾਊਂਡ ਦੇ ਵਿੱਚ ਵੀ ਜੂੜਿਆਂ ਵਾਲੇ ਸਿੱਖ ਨਿਆਣੇ ਨੇ ਅਤੇ ਗਰਾਊਂਡ ਦੇ ਬਾਹਰ ਵੀ ਪੱਗਾਂ ਵਾਲੇ ਲੋਕ ਨੇ। ਤੁਸੀਂ ਹੁਣ ਆ ਜਾਓ ਪਿਛਲੇ ਮਤਲਬ 20-25-30 ਸਾਲਾਂ ਦੇ ਈਵੈਂਟ ਦੇ ਵਿੱਚ, ਤੁਸੀਂ ਬਿਲਕੁਲ ਨਦਾਰਤ ਹੋ ਚੱਲੇ ਹੋ, ਐਲੀਮੀਨੇਟ ਹੋ ਗਏ ਆਲਮੋਸਟ, ਮਤਲਬ ਨਾ ਗਰਾਊਂਡ ਦੇ ਵਿੱਚ ਨਾ ਗਰਾਊਂਡ ਦੇ ਦੋਨਾਂ ਰੂਪਾਂ 'ਚ ਹੀ ਮਿਲਿਆ। ਅਤੇ ਗੁਰਮਤਿ ਆਸ਼ਾ ਨੇ ਕੀ ਸਿਖਾਇਆ ਸਾਨੂੰ, ਮਤਲਬ ਇਹ ਕਿ ਜੋ ਲਿਖਿਆ ਆ, ਗਾਉਣਾ ਵਜਾਉਣਾ ਮਾਫ਼ੀ ਮੰਗਾਂਗਾ ਮਾੜੀ ਗੱਲ ਨਹੀਂ, ਚਲੋ ਠੀਕ ਹੈ ਤੁਸੀਂ ਆਪਣੇ ਇੰਟਰਟੇਨਮੈਂਟ ਦੇ ਤੌਰ 'ਤੇ, ਪਰ ਜ਼ਿੰਦਗੀ ਦਾ ਮਕਸਦ ਹੀ ਇਹ ਬਣ ਗਿਆ, ਬਸ ਇੱਕੋ ਹੀ ਚੀਜ਼ 'ਤੇ ਫੋਕਸ ਹੋ ਗਿਆ। ਸਾਡੇ ਵਿਆਹ ਕੀ ਰਹਿ ਗਏ ਨੇ, ਬਸ ਆਹ ਗਾਣੇ ਆਹ ਗਾਣੇ ਆ, ਓਏ ਭਲਿਆ ਇਸ ਤੋਂ ਕੋਈ ਅਗਲੀ ਚੀਜ਼ ਵੀ ਕਰ ਲਓ, ਕਰ ਕਰ ਕਰਨਾ ਲਿਖ ਲਿਆ ਜਾਓ, ਜੋ ਕੁਝ ਲਿਖ ਮਤਲਬ ਉਹੀ ਸਾਡੀ ਜੀਵਨ ਦਾ ਹਿੱਸਾ ਬਣ ਜਾਣਾ ਹੈ। ਆਪਣੇ ਜੀਵਨ ਦੀ ਲਿਖਾਵਟ ਬਦਲੋ, ਲਿਖਾਵਟ ਕਿਵੇਂ ਬਦਲੋ, ਕਰਮ ਬਦਲੋ, ਇਹਦੇ 'ਤੇ ਬਾਤ ਹੋ ਰਹੀ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਜੋ ਕੁਝ ਇਸ ਪਾਸੇ ਆਪਣੀ ਮੱਤ ਜਿਹੋ ਜਿਹੇ ਥੋਟ ਪਾ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਮੈਨੀਫੈਸਟ ਕਰਾਂਗੇ, ਐਗਜ਼ੀਕਿਊਟ ਕਰਾਂਗੇ, ਵੀ ਗੋਨਾ ਫੇਸ ਦਾ ਰਿਜ਼ਲਟਸ। ਇਹ ਬਾਬਾ ਜੀ ਨੇ ਬਾਤ ਕੀਤੀ, ਉਹਦੀ ਬਾਤ ਕੀਤੀ ਕਿ ਦੇ ਰਿਫਲੈਕਟ ਡਿਪਾਰਟ ਵਿਦ ਅਸ, ਉਹੀ ਸਾਡੇ ਨਾਲ ਅਸਲ ਦੇ ਵਿੱਚ ਵਿਦਾ ਹੋਣੀ ਹੈ ਚੀਜ਼, ਉਹੀ ਸਾਡੇ ਨਾਲ ਚੱਲਣੀ ਹੈ, ਉਸੇ ਰੂਪ ਵਿੱਚ ਕਰ ਕਰ ਕਰਨਾ ਲਿਖ ਲੈ ਜਾ। ਫਿਰ ਬਾਬਾ ਜੀ ਨੇ ਕਿਹਾ ਆਪੇ ਬੀਜ, ਦੇਖੋ ਇਹ ਕਿੱਡੇ ਮਤਲਬ ਯੂਨੀਵਰਸਲ ਗੱਲ ਗੁਰੂ ਬਾਬਾ ਜੀ ਨੇ ਕੀਤੀ ਹੈ, ਜੋ ਬੀਜਣਾ ਹੈ ਉਹੀ ਵੱਢਣਾ ਹੈ, ਵਟ ਐਵਰ ਵੀ ਕਲਟੀਵੇਟ ਵੀ ਗੋਨਾ ਹਾਰਵੈਸਟ। ਯੂਨੀਵਰਸਲ ਹੈਗੀ ਹੈ ਇਹ ਸੇਇੰਗ, ਇਹ ਤਾਂ ਨਹੀਂ ਹੋ ਸਕਦਾ ਮੈਂ ਕਣਕ ਬੀਜ ਕੇ ਝੋਨਾ ਵੱਢਾਂਗਾ, ਸਰੋਂ ਬੀਜ ਕੇ ਮੈਂ ਕੁਛ ਜਿਹੜਾ ਹੋਰ ਚੀਜ਼ ਵੱਢਣ ਲਈ ਚਲਾ ਜਾਵਾਂਗਾ, ਨੋਟ ਐਟ ਆਲ। ਆਪੇ ਬੀਜ ਆਪੇ ਹੀ ਖਾ, ਇੱਥੋਂ ਹੀ ਬਚਣ ਅਸੀਂ ਪੜ੍ਹਦੇ, ਦੱਦਾ ਦੋਸਤ ਨਾ ਦਿਓ ਕਿਸੇ ਦੋਸਤ, ਕਰਮਾਂ ਆਪਣਿਆਂ, ਜੋ ਮੈਂ ਕੀ ਆ ਕਿਆ ਆਪਣੀ ਮੱਤ ਨੂੰ ਉਹਦੇ ਨਾਲ ਅੰਗੇਜ ਨਾ ਕਰ ਜਿਹਦੇ ਨਾਲ ਗੁਨਾਹਾਂ ਦੀ ਪ੍ਰਵਿਰਤੀ ਆਵੇ, ਇਸ ਚੀਜ਼ ਰੂਪ ਨੂੰ ਸਮਝ। ਆਪੇ ਬੀਜ ਆਪੇ ਹੀ ਖਾ, ਵਟ ਐਵਰ ਯੂ ਸੋ ਔਰ ਪਲਾਂਟ ਯੂ ਵਿਲ ਹੈਵ ਟੂ ਈਟ ਦ ਫਰੂਟ ਔਰ ਫੇਸ ਦਾ ਰਿਜ਼ਲਟਸ ਆਫ ਦੈਟ, ਯੂ ਗੋਨਾ ਫੇਸ ਦਾ ਕੋਨਸੀਕੁਐਂਸ ਆਫ ਦੈਟ ਉਸ ਰੂਪ ਵਿੱਚ ਬਾਤ ਕੀਤੀ ਗਈ। ਮਿਸਾਲੀ ਤੌਰ 'ਤੇ ਗੱਲ ਕਰਨੀ, ਹਾਲਾਂਕਿ ਬਹੁਤ ਕੁਛ ਕਿਹਾ ਜਾ ਸਕਦਾ, ਪਰ ਟੂਕ ਮੰਤਰੀ ਬਿਆਨ ਕਰਕੇ ਸਮਾਂ ਸਮਾਪਤ ਹੈ, ਮੈਂ ਕਰ ਦਿੰਦਾ। ਆ ਭਾਈ ਗੁਰਦਾਸ ਜੀ ਦੀ ਪੌੜੀ ਵੈਸੇ ਬਹੁਤ ਪੌੜੀਆਂ ਸੀਗੀਆਂ, ਪਰ ਬਾਈ ਚਾਂਸ ਮੈਨੂੰ ਬੜੀ ਫੈਸੀਨੇਟਿੰਗ ਲੱਗੀ, ਮੈਂ ਉਹਨਾਂ ਤੋਂ ਪਹਿਲਾਂ ਇਹਨੂੰ ਪੜ੍ਹ ਰਿਹਾ ਸੀਗਾ। ਇਹ ਸਤਿਯੁਗ ਇੱਕ ਵਿਗਾੜ ਦਾ ਅਤੇ ਪਿੱਛੇ ਫੜ ਦੇਸ਼ ਪਿੜਾ ਹੈ, ਪਿੰਡ ਸਤਿਯੁਗ ਬੜਾ ਚੰਗਾ ਸੀਗਾ, ਭਾਈ ਗੁਰਦਾਸ ਕਹਿੰਦੇ ਕਾਹਦਾ ਚੰਗਾ ਸੀਗਾ, ਗੁਨਾਹ ਇੱਕ ਕਰਦਾ ਹੀ ਸਾਰਾ ਦੇਸ਼ ਮਾਰਤਾ ਜਾਂਦਾ ਸੀਗਾ, ਇਹ ਤਾਂ ਬਹੁਤ ਮਾੜੀ ਚੀਜ਼ ਸੀ, ਮਤਲਬ ਸਾਰਾ ਦੇਸ਼ ਹੀ ਪੀੜ ਦਿਓ। ਅੱਛਾ ਕਹਿੰਦੇ ਤ੍ਰੇਤਾ ਨਗਰੀ ਵਗਲੀ ਹੈ, ਦੁਆਪਰ ਵੰਸ਼ ਨਰਕ ਸਹਿਮਾਏ, ਵੀ ਜਿਹੜਾ ਤ੍ਰੇਤਾ ਸੀਗਾ ਉਹਦੇ 'ਚ ਕਹਿੰਦੇ ਪੂਰਾ ਨਗਰ ਉਹਨੂੰ ਵਲਗਲੋ, ਉਹਨੂੰ ਮਾਰੋ। ਜਿਹੜਾ ਦੁਆਪਰ ਆਇਆ ਇਹਦੇ 'ਚ ਕਿਹਾ ਗਿਆ ਕਿ ਨਹੀਂ ਚੱਲ ਨਗਰ ਨੂੰ ਰਹਿਣ ਦਿਓ, ਨਗਰ ਦਾ ਕੋਈ ਕੁਛ, ਬਰਾਦਰੀ ਸਾਰੀ ਮਾਰ ਦਿਓ, ਐਟਲੀਸਟ ਫੈਮਿਲੀ ਸਾਰੀ ਖਤਮ ਕਰ ਦਿਓ। ਕਹਿੰਦੇ ਜੋ ਫੜੈ ਸੋ ਫੜੀ ਦਾ, ਕਲਯੁਗ ਸੱਚਾ ਨਿਆਂ ਕਰਾਏ, ਐਟਲੀਸਟ ਇਹਨੂੰ ਕਲਯੁਗ ਤਾਂ ਚੰਗਾ ਨਾ, ਜਿਹੜਾ ਗੁਨਾਹ ਕਰੇਗਾ ਉਸੇ ਨੂੰ ਫੜਿਆ ਜਾਏਗਾ। ਹੁਣ ਇੱਥੋਂ ਸਮਝੋ, ਜਿਹੜਾ ਬੀਜ ਬੀਜ ਰਹੇ ਹਾਂ ਉਹਦਾ ਫਲ ਆਪ ਭੁਗਤਣਾ ਹੈ। ਜੇ ਆਪਾਂ ਡੀਪ ਲੈਵਲ 'ਤੇ ਬਾਤ ਕਰੀਏ, ਸਮਝ ਦੇ ਪੱਧਰ 'ਤੇ ਆ ਜਾਈਏ, ਅਸੀਂ ਵੈਸੇ ਇੰਡੀਵਿਜੁਅਲਿਜ਼ਮ ਨੂੰ ਬਹੁਤ ਜ਼ਿਆਦਾ ਤਰਜੀਹ ਨਹੀਂ ਦਿੰਦੇ, ਵੈਸਟਰਨ ਵਰਲਡ ਇੰਡੀਵਿਜੁਅਲਿਜ਼ਮ ਬਹੁਤ ਜ਼ੋਰ ਦਿੰਦਾ ਉਸ ਰੂਪ ਦੇ ਵਿੱਚ, ਪਰ ਇਹ ਵੀ ਮੰਨ ਕੇ ਚੱਲੀਏ ਕਿ ਇੰਡੀਵਿਜੁਅਲਿਜ਼ਮ ਦੇ ਵਿੱਚ ਐਟਲੀਸਟ ਇਹ ਤਾਂ ਹੈ ਆ ਵੀ ਇਹ ਕਰ ਕਰੇ ਸੋ ਇਹ ਕਰ ਪਾਵੇ, ਜਿਹੜਾ ਕਰੇਗਾ ਉਸੇ ਨੂੰ ਹੀ। ਆਪਾਂ ਅਜੇ ਵੀ ਦੁਆਪਰ ਤ੍ਰੇਤੇ 'ਚ ਰਹਿ ਰਹੇ ਹਾਂ ਉਸ ਖਿੱਤੇ ਦੇ ਵਿੱਚ,
ਬੱਚੇ ਨੇ ਕੋਈ ਮਾੜੀ ਮੋਟੀ ਗਲਤੀ ਕੀਤੀ ਸਾਰਾ ਟੱਬਰ ਫੜ ਕੇ ਦੂੜ ਦਿਓ। ਇੱਥੇ ਤੁਸੀਂ ਦੇਖੋ ਐਟਲੀਸਟ ਇਹ ਤਾਂ ਫਰੀਡਮ ਹੈ ਨਾ, ਜੇ ਬੱਚੇ ਨੇ ਕੁਝ ਕੀਤਾ ਤਾਂ ਡੈਫੀਨੇਟਲੀ ਦੇਖ ਉਹਨਾਂ ਇਨਵੈਸਟੀਗੇਟ ਟੂਵਰਡ ਦੈਟ ਸਾਈਡ। ਇਹਦੀ ਗੁਰਮਤ ਸਕੂਲ ਆਫ ਥੋਟ ਨੇ ਕਿੰਨੇ ਸਾਲ ਪਹਿਲਾਂ ਗੱਲ ਕੀਤੀ ਹੈ, ਇਹ ਹੈ ਐਕਚੁਅਲ ਲੈਵਲ 'ਤੇ ਸਹੀ ਰੂਪ ਵਿੱਚ ਬਾਤ ਕਰਨੀ। ਬਾਕੀ ਗੱਲ ਮੁੱਕਦੀ ਇਹਦੇ ਜੇ ਕਰਨੀ ਹੋਏ ਤਾਂ ਉਹੀ ਇਹੀ ਹੈ ਜੋ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਜੁਗ ਜੁਗ ਲੁਣੀਆਂ ਬੀਜਿਆ ਪਾਪ ਪੁੰਨ ਕਰ ਦੁੱਖ ਸੁੱਖ ਪਾਏ। ਜੁਗ ਜੁਗ ਲੁਣੀਆਂ ਬੀਜਿਆ, ਜੁਗਾਂ ਜੁਗਾਂਤਰਾਂ ਤੱਕ ਜਿਹੜਾ ਬੀਜਿਆ ਹੋਇਆ ਹੈ ਉਹੀ ਲੁਣਦੇ ਹਾਂ। ਲੁਣਦਿਆਂ ਦਾ ਮਤਲਬ ਹੁੰਦਾ ਮਿਣ ਮਿਣ ਕੇ ਵੱਢਣਾ। ਅੱਜ ਕੱਲ੍ਹ ਤਾਂ ਖੈਰ ਹਾਰਵੈਸਟਿੰਗ ਨੂੰ ਲੋਕ ਬੜਾ ਵਧੀਆ ਸਮਝਦੇ ਵੀ ਚਲੋ ਫਸਲ ਆ ਗਈ, ਪੁਰਾਣੇ ਸਮੇਂ 'ਤੇ ਸਾਡੇ ਸਮੇਂ ਵੀ ਮਤਲਬ ਇੱਧਰੋਂ ਕਣਕ ਪੱਕ ਰਹੀ ਹੁੰਦੀ ਸਾਨੂੰ ਬੁਖਾਰ ਚੜਿਆ ਹੁੰਦਾ ਵੀ ਮਾਰੇ ਗਏ। ਹੁਣ ਬਹੁਤ ਬੁਰੀ ਹਾਲਤ ਹੋਏਗੀ, ਘਰਦਿਆਂ ਨੇ ਨਾ ਸੌਣ ਦੇਣਾ ਰਾਤ ਨੂੰ ਨਾ ਇਸ ਤਰੀਕੇ ਨਾਲ, ਅਤੇ ਸਾਨੂੰ ਕਹਿੰਦੇ ਹੁੰਦੇ ਤੁਸੀਂ ਤਾਂ ਬਹੁਤ ਚੰਗੇ ਦਿਨਾਂ 'ਚ ਪੈਦਾ ਹੋਏ ਹੋ, ਕਿਉਂ ਤੁਸੀਂ ਫਲੇ ਨਹੀਂ ਵਾਏ। ਅਸੀਂ ਕਹਿਣਾ ਵੀ ਭਲਿਓ ਹੁਣ ਡਰਮੀਆਂ ਦੀ ਸਾਡੀ ਬੁਰੀ ਹਾਲਤ ਹੋਈ ਪਈ ਹੈ ਵੀ ਸਿਰ 'ਤੇ ਲੈ ਕੇ ਪੈਰਾਂ ਤੱਕ ਧੂੜ ਪਈ ਰਹਿੰਦੀ ਹੈ, ਇਹ ਕਹਿੰਦੇ ਤੁਸੀਂ ਭਲੇ ਟਾਈਮ 'ਚ ਪੈਦਾ ਹੋਏ ਹੋ, ਵੀ ਬੁਰੇ ਕਿਵੇਂ ਤਾਂ ਹੋਣਗੇ ਸੋਚ ਕੇ ਦੇਖੋ, ਇਮੈਜਿਨ ਕਰੋ ਸਾਰੇ ਬਾਰੇ ਉਸ ਰੂਪ 'ਚ। ਪਰ ਹੁੰਦਾ ਕਿ ਪੁਰਾਣੇ ਸਮੇਂ ਖੇਤ ਵੱਢਦੇ ਹੁੰਦੇ, ਉਹ ਕਿਆਰੇ ਆਪੋ ਆਪਣੇ ਮਿਣ ਕੇ ਲੁਣ ਲੈਣਾ ਉਹਨਾਂ ਨੂੰ ਵੀ ਇੰਨਾ ਮੇਰਾ ਹਿੱਸਾ ਹੈ ਅਤੇ ਇੰਨਾ ਹੀ ਮੈਂ ਵੱਢਣਾ, ਮਤਲਬ ਇਹ ਜਿੰਨਾ ਕੁ ਮੈਂ ਬੀਜਿਆ ਓਨਾ ਹੀ ਵੱਢਣਾ, ਉਸ ਤੋਂ ਵੱਧ ਨਹੀਂ ਗਾ। ਇਸ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਚੇਤੇ ਰੱਖ, ਬੀਜ ਵੱਧ ਲਿਆ ਤਾਂ ਕਹੇ ਨਹੀਂ ਵੱਢਣਾ ਘੱਟ ਪਏ, ਐਵੇਂ ਨਹੀਂ ਹੋਏਗਾ। ਜਿੰਨਾ ਬੀਜਿਆ ਆ ਓਨਾ ਹੀ ਵੱਢਣਾ ਪੈਣਾ, ਇਹ ਕਰਤਾਰੀ ਨਿਯਮ ਆ ਉਹਦੀ ਬਾਤ ਕੀਤੀ ਭਾਈ ਗੁਰਦਾਸ ਜੀ ਨੇ। ਖੈਰ ਨਾਨਕ ਹੁਕਮੀ, ਇਹ ਹੁਕਮ ਦੇ ਬੱਜੀ ਖੇਡ ਹੈ ਜੀ, ਯੂਨੀਵਰਸਲ ਲਾਅ ਆ, ਇਹਨੂੰ ਫੋਲੋ ਕਰੋਗੇ, ਇਹਦੇ ਵਿੱਚ ਸਹੀ ਰੂਪ ਵਿੱਚ ਸਮਝ ਕੇ ਪਾਰਟੀਸਪੇਟ ਕਰੋਗੇ, ਦੁੱਖ ਨਹੀਂ ਹੈ, ਪਾਪ ਨਹੀਂ ਹੈ, ਜੀਵਨ ਦਾ ਯਾਪਨ ਜਿਹੜਾ ਸਹੀ ਰੂਪ 'ਚ। ਇਸ ਤੋਂ ਫਿਰ ਅੱਗੇ ਇੱਕ ਬੜੀ ਜਿਹੜੀ ਬਿਗ ਬੈਂਗ ਥਿਓਰੀ ਤੋਂ ਸਾਰੇ ਦੀ ਗੱਲ ਅਗਲੀਆਂ ਪੌੜੀਆਂ 'ਚ ਇਸ ਤੋਂ ਬਾਅਦ ਆ ਜਾਣੀ ਹੈ। ਅੰਡਰ ਦਾ ਕੋਸਮਿਕ ਲਾਅ ਵੀ ਕਮ ਐਂਡ ਡਿਪਾਰਟ ਫਰੋਮ ਦਿਸ ਵਰਲਡ, ਇਹਦੀ ਬਾਤ ਕਰਦਿਆਂ ਹੋਇਆਂ ਮਹਾਰਾਜ ਨੇ ਬਾਤ ਮੁਕਾਈ। ਟੂਕ ਮਾਤਰ ਜਿਹੜਾ ਇਹਦਾ ਲੱਭੋ ਲਬਾਬ ਆ ਉਹ ਇੱਕ ਵਾਰੀ ਤੁਹਾਡੇ ਨਾਲ ਥੋੜ੍ਹਾ ਜਿਹਾ ਪੜ੍ਹ ਦਿੰਦਾ ਵਾਂ। ਪਹਿਲੀ ਪੌੜੀ ਵਿੱਚ ਤੂੰ ਕਾਈ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਦੂਜੀ ਪੌੜੀ ਵਿੱਚ ਜ਼ਿਕਰ ਆਇਆ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸਪਾਈਆਂ। ਹੁਣ ਇਸ ਪੌੜੀ ਵਿੱਚ ਉੱਪਰਲੀਆਂ ਤੁਕਾਂ ਵਾਲਾ ਖਿਆਲ ਬਿਲਕੁਲ ਸਾਫ਼ ਕੀਤਾ ਗਿਆ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖਾਸ ਨਿਯਮਾਂ ਵਿੱਚ ਚੱਲ ਰਹੀ ਹੈ, ਇਹਨਾਂ ਨਿਯਮਾਂ ਦਾ ਨਾਮ ਸਤਿਗੁਰੂ ਜੀ ਨੇ ਹੁਕਮ ਰੱਖਿਆ ਹੈ। ਨਾਓ ਯੂ ਗੈਟ ਦਾ ਮੈਸੇਜ, ਜਿਹੜੇ ਉਹ ਨਿਯਮ ਨੇ ਉਹਨਾਂ ਨਿਯਮਾਂ ਦਾ ਨਾਮ ਹੀ ਹੁਕਮ ਹੈ। ਜਿਵੇਂ ਹੀ ਤੁਸੀਂ ਹੁਕਮ ਨੂੰ ਪਕੜਦੇ ਹੋ ਤੁਸੀਂ ਉਹਨਾਂ ਨਿਯਮਾਂ ਦੀ ਵਾਕਫੀਅਤ ਵਿੱਚੋਂ ਜੀਵਨ ਦਾ ਅਸਲ ਕੋਨਸੈਪਟ ਅਡੋਪਟ ਕਰ ਸਕਦੇ ਹੋ। ਅਗਲੇ ਬਚਾਅ 'ਚ ਆ ਜਾਈਏ, ਜਿਹੜਾ ਇਹਦੇ ਜ਼ਿਕਰ ਆਇਆ ਹੈ ਕਿ ਮਾਇਆ ਦੇ ਪ੍ਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪੈ ਜਾਂਦਾ ਹੈ ਅਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸ਼ੁੱਧ ਸਰੂਪ ਵਾਹਿਗੁਰੂ ਜੀ ਤੋਂ ਵਿਛੋੜ ਦਿੰਦੀ ਹੈ ਅਤੇ ਜੀਵ ਦੁਖੀ ਰਹਿੰਦਾ ਹੈ। ਨਾਮ ਸਿਮਰਨ ਦੀ ਇੱਕੋ ਇੱਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁੱਪ ਸਕਦੀ ਹੈ। ਸੋ ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮਿਲਣ ਵਾਸਤੇ, ਪ੍ਰਭੂ ਅਤੇ ਉਸਦੀ ਰਚਨਾ ਦਾ ਅੰਤ ਪਾਉਣ ਲਈ ਜੀਵ ਨੂੰ ਸਮਰੱਥ ਬਣਾਉਣ ਵਾਲਾ ਕਾਰਜ ਨਹੀਂ ਗਾ। ਜੋ ਸਿਮਰਨ ਦਾ ਕਾਰਜ ਆ ਇਹਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਰਿੱਧੀਆਂ ਸਿੱਧੀਆਂ ਅਤੇ ਉਹ ਸਾਰੇ ਸੰਕਲਪ, ਇਟਸ ਏ ਕਾਇੰਡ ਆਫ ਯੂ ਕੈਨ ਸੇ ਕਾਇੰਡ ਆਫ ਏ ਜਿਹੜੀ ਉਸੀ ਇਲਿਊਜ਼ਨ ਕਹਿੰਦੇ ਹਾਂ। ਮਹਾਰਾਜ ਇਜ਼ ਸੇਇੰਗ ਦ ਰੀਅਲ ਸੈਂਸ ਆਫ ਸਿਮਰਨ ਇਜ਼ ਯੂ ਗੋਨਾ ਡਿਵੈਲਪ ਯੂਰ ਸੈਲਫ ਫਰੋਮ ਬੈਡ ਟੂ ਗੁੱਡ, ਯੂ ਗੋਨਾ ਗੈਟ ਸਮ ਪ੍ਰੋਗਰੈਸ ਫਰੋਮ ਰੋਂਗ ਟੂ ਰਾਈਟ। ਇਹ ਰੂਪ ਦੇ ਵਿੱਚ ਜਿਹੜਾ ਹੈਗਾ ਐਕਚੁਅਲੀ ਇਹ ਸਾਰਾ ਨਾਮ ਸਿਮਰਨ ਦਾ ਕੋਨਸੈਪਟ ਹੈ। ਥੋੜ੍ਹੀ ਜਿਹੀ ਇੰਗਲਿਸ਼ ਟ੍ਰਾਂਸਲੇਸ਼ਨ ਪੜ੍ਹਦੇ ਹਾਂ ਬੱਚਿਆਂ ਵਾਸਤੇ ਤਾਂ ਕਿ ਉਸ ਰੂਪ ਵਿੱਚ ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਨੇ, ਸਮਾਂ ਸਮਾਪਤ ਆ। ਹਿਊਮਨ ਬੀਂਗਸ ਗੈਟ ਇਨਵੋਲਵਡ ਇਨ ਬੈਡ ਡੀਡਸ ਡਿਊ ਟੂ ਦਾ ਇੰਪੈਕਟ ਆਫ ਵਰਲਡਲੀ ਇਲਿਊਜ਼ਨ ਐਂਡ ਹਿਜ਼ ਔਰ ਹਰ ਮਾਇੰਡ ਸੈਟ ਗੈਟਸ ਫਿਲਥੀ, ਜਿਹਨੂੰ ਕਹਿੰਦੇ ਆ ਭਰੀਆ ਮਤ ਪਾਪਾਂ ਕੇ ਸੰਗ, ਇੱਥੋਂ ਬਾਤ ਆਉਂਦੀ ਉਸ ਰੂਪ ਦੇ ਵਿੱਚ। ਦਿਸ ਫਿਲਥ ਕੀਪਸ ਹਿਮ ਹਰ ਅਵੇ ਫਰੋਮ ਦਾ ਪਿਓਰ ਡਿਵਾਈਨ ਐਂਡ ਦੇ ਫੀਲ ਮਿਜ਼ਰੇਬਲ, ਉਸ ਰੂਪ ਵਿੱਚ ਉਹਨਾਂ ਦੀ ਮਿਜ਼ਰੀ ਜਿਹੜੀ ਹੈ ਮਾਇੰਡ ਦੀ ਕ੍ਰੀਏਟ ਹੁੰਦੀ ਸਾਰੀ ਦੀ ਸਾਰੀ। ਨਾਮ ਸਿਮਰਨ ਔਰ ਰਿਮੈਂਬਰਿੰਗ ਆਲ ਮਾਈਟੀ ਕੈਨ ਬੀ ਦਾ ਓਨਲੀ ਸੋਲਿਊਸ਼ਨ ਟੂ ਵਾਸ਼ ਅਵੇ ਦਿਸ ਫਿਲਥ, ਇਹ ਜਿਹੜੀ ਮੈਲ ਆ ਸਿਰਫ ਉਸੇ ਰੂਪ ਦੇ ਵਿੱਚ ਸਾਡੇ ਅੰਦਰੋਂ ਲੈ ਸਕਦੀ ਹੈ। ਸੋ ਸਿਮਰਨ ਇਜ਼ ਡਨ ਟੂ ਕਲੈਂਸ ਦਾ
mindset to meet the divine almighty, it doesn't make a person able to find the end of the almighty. ਇਹ ਸੰਸਾਰ ਦਾ ਅੰਤ ਪਾਉਣਾ ਜਾਂ ਉਸ ਤੱਕ ਪਹੁੰਚਣਾ, ਉਸ ਰੂਪ ਦੇ ਵਿੱਚ ਇਹ ਸਿਮਰਨ ਦਾ ਕੰਸੈਪਟ ਨਹੀਂ. ਸਿਮਰਨ ਦਾ ਕੰਸੈਪਟ ਜੀਵਨ ਦੀ ਅਸਲ ਉਸਾਰੀ ਹੈ. ਮਹਾਰਾਜ ਬਖਸ਼ਿਸ਼ ਕਰਨ, ਇਹਨਾਂ ਬਚਨਾਂ ਦਾ ਅਹਿਸਾਸ ਸਾਡੀ ਸੁਰਤ 'ਚ ਆਵੇ. ਸੋ ਜਿਵੇਂ ਆਪਾਂ ਲਾਸਟ ਵਾਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ, ਉਹਨਾਂ ਨੂੰ ਇੱਕ ਵਾਰੀ ਫਿਰ ਅਸੀਂ ਪੜ੍ਹ ਲੈਂਦੇ ਹਾਂ ਦੁਹਰਾ ਕੇ. ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆ. ਉਸ ਦੇ ਨਾਲ ਹੀ ਆਪਾਂ ਫਤਿਹ ਦੀ ਸਾਂਝ ਪਾ ਦਿਆਂਗੇ. ਆਪੇ ਬੀਜ